ਜੀ ਕਾ ਖਾਲਸਾ ਜੀ ਦੇ ਮਹਾਰਾਜ ਠੀਕ ਹੋ ਜੀ। ਕਿਰਪਾ ਕਿਰਪਾ ਜੀ, ਤੁਸੀਂ ਸੁਣਾਓ, ਤੁਸੀਂ ਕੰਮ ਤੇ ਇਹ ਲੱਗਦਾ? ਹਾਂ ਜੀ ਕੰਮ ਤੇ ਆ, ਪੋਰਟ ਤੇ ਆ। ਸਾਥਿਆ ਸਾਥਿਆ ਹਾਂ ਜੀ ਉਹ ਆਈ ਮੈਂ ਤੁਹਾਡੀ ਤੁਹਾਡੀ ਲਾਈਵ ਸੁਣ ਲਈ, ਵੀਡੀਓ ਸੁਣ ਲਈ ਸਾਰੀ ਤੁਹਾਡੀ। ਜੀ 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 ਉਹਦੇ ਵਿੱਚ ਜਿਹੜੀਆਂ ਬੜੀਆਂ ਇੰਪੋਰਟੈਂਟ ਗੱਲ ਹੈ ਉਹ ਇਹ ਵੇ ਵੀ ਜਿਹੜੀ ਉਸ ਮੂਰਖ ਨੇ ਗੱਲ ਕੀਤੀ ਹੈ ਨਾ, ਵੀ ਸਾਰੀ ਸੰਗਤ ਸੁਣ ਰਹੀ ਹੈ, ਜਿਹੜਾ ਵੀ ਜੀ ਸੁਣੇਗਾ ਇਹ ਗੱਲ ਪੁਆਇੰਟ ਧਿਆਨ ਚ ਰੱਖ ਲਵੇ ਵੀ ਉਹ ਜਿਹੜੇ ਬੰਦੇ ਨੇ ਮੂਰਖ ਨੇ ਗੱਲ ਕੀਤੀ, ਪਹਿਲੀ ਗੱਲ ਤੇ ਉਹਦੀ ਸ਼ਕਲ ਸੂਰਤ ਭਗਤ ਰਵਿਦਾਸ ਜੀ ਵਾਲੀ ਹੈ ਵੇ। ਪਹਿਲੀ ਗੱਲ ਤੇ ਵੀ ਭਗਤ ਜੀ ਜਿਹੜੇ ਨੇ, ਜਿੰਨੇ ਵੀ ਭਗਤ ਨੇ ਉਹ ਕੇਸਾਂ ਉਤਾਰੀ ਹੋਏ ਆ। ਪ੍ਰੇਮਾਨੰਦ ਜੀ ਨੂੰ ਦੇਖ ਲਓ, ਕੇਸਾ ਧਾਰੀ, ਠੀਕ ਹੈ ਜੀ, ਜੀ ਇੱਕ ਬੜਾ ਵੱਡਾ ਐਗਜ਼ਾਮਪਲ ਹੈ ਉਹ ਕੇਸਾ ਧਾਰੀ ਹੋਣ ਦਾ ਨਾ। ਜੀ ਫੇਰ ਕੀ ਅਦੀ ਉਹਨਾਂ ਨੇ ਭਗਤਾਂ ਦੀ ਬਾਣੀ ਪੜ੍ਹੀ ਹੈ। ਦੂਜੀ ਗੱਲ ਉਹ ਕਹਿੰਦਾ ਹੈ ਵੀ ਉਹਦਾ ਲਿਖਣ ਵਾਲੇ ਨੇ ਲਿਖ ਦਿੱਤਾ, ਮਤਲਬ ਕਿੱਡਾ ਮੂਰਖ ਬੰਦਾ ਹੈ ਨਾ, ਵੀ ਲਿਖਣ ਵਾਲੇ ਲਿਖ ਦਿੱਤਾ। ਜੀ ਕਦੀ ਇਹ ਕਦੀ ਆਪਾਂ ਵੀ ਕੋਈ ਚੀਜ਼ ਲਿਖਾਉਂਦੇ ਹੋਈਏ ਕਿਸੇ ਨੂੰ, ਮੰਨ ਲਓ ਮੈਂ ਕਿਸੇ ਤੋਂ ਚਿੱਠੀ ਲਿਖਾਉਂਦਾ ਹੋਵਾਂ ਜਾਂ ਕੁਝ ਲਿਖਾਉਂਦਾ ਹਾਂ ਵੀ ਮੇਰਾ ਕੋਈ ਬੰਦਾ ਲਿਖਦਾ ਹੋਵੇ ਜੀ, ਤਾਂ ਪਰ ਜਿਹੜੇ ਗੁਰਬਾਣੀ ਨੂੰ ਲਿਖਣ ਵਾਲੇ ਸਨ, ਅੰਕਿਤ ਕਰਨ ਵਾਲੇ ਸਨ, ਦੋ ਬੰਦੇ ਸਨ। ਗੁਰੂ ਜੀ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਲਿਖਾਈ ਭਾਈ ਗੁਰਦਾਸ ਜੀ ਤੋਂ। ਜੀ ਭਾਈ ਗੁਰਦਾਸ ਜੀ ਨੂੰ ਸਿੱਖਾਂ ਦਾ ਵੇਦ ਵਿਆਸ ਹੋਣ ਦੀ ਉਪਾਧੀ ਮਿਲੀ ਹੋਈ ਹੈ। ਜੀ ਵੇਦ ਵਿਆਸ ਜੀ ਨੇ ਵੇਦ ਲਿਖੇ ਆ ਨਾ, ਤਾਂ ਭਾਈ ਸੱਚੇ ਗੁਰਦਾਸ ਜੀ ਨੂੰ ਸਿੱਖਾਂ ਦਾ ਵੇਦ ਵਿਆਸ ਕਿਹਾ ਨਾ। ਦੂਜਾ ਜਿਹੜਾ ਇਹ ਵੀ ਗੁਰਬਾਣੀ ਦੀ ਕੁੰਜੀ ਕਿਹਾ ਭਾਈ ਗੁਰਦਾਸ ਜੀ ਦੀ ਬਾਣੀ ਨੂੰ। ਆ ਤੁਸੀਂ ਸ਼ੇਅਰ ਕਰ ਦਿਆ ਜੇ ਲਾਈਵ ਨਾ, ਬਾਅਦ ਵਿੱਚ ਬੇਨਤੀ ਹੈ। ਜਰੂਰ ਜਰੂਰ ਕਰਾਂਗੇ। ਇੰਪੋਰਟੈਂਟ ਗੱਲ ਹੈ ਜੀ ਕਿ ਜਿਹੜੀ ਭਾਈ ਗੁਰਦਾਸ ਜੀ ਦੀ ਬਾਣੀ ਹੈ ਉਹਨੂੰ ਗੁਰਬਾਣੀ ਦੀ ਕੁੰਜੀ ਕਿਹਾ ਹੈ। ਉਹ ਕਿਉਂ ਕੁੰਜੀ ਕਿਹਾ ਹੈ? ਵੀ ਤੁਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਉਹਨਾਂ ਦੇ ਕਵਿਤ ਸਵਈਏ ਨੇ, ਉਹ ਤੁਸੀਂ ਪੜ੍ਹੋ। ਭਾਈ ਗੁਰਦਾਸ ਜੀ ਪਹਿਲੀ ਵਾਰ ਦੀਆਂ 12-13 ਪੌੜੀਆਂ ਦੇ ਵਿੱਚ ਹੀ ਭਾਈ ਗੁਰਦਾਸ ਜੀ ਸਿੱਧ ਕਰ ਦਿੰਦੇ ਆ ਕਿ ਜਿਹੜਾ ਆਪਣਾ ਹੈ, ਜਿਵੇਂ ਕਲਗੀਧਰ ਪਿਤਾ ਨਹੀਂ ਕਹਿੰਦੇ ਵੀ ਹਮਰਾ ਧਰਮ ਸਨਾਤਨ ਹੈ, ਜਿਹੜਾ ਵੀ ਅਸੀਂ ਪੁਰਾਣੇ ਆ, ਆਦ ਕਾਲ ਤੋਂ ਜਿਹੜਾ ਖਾਲਸਾ ਹੈ, ਜੋ ਪਰਮੇਸ਼ਰ ਅਕਾਲ ਪੁਰਖ ਨੇ ਜੋ ਰੂਪ ਬਣਾਇਆ ਸੀਗਾ ਜੀ, ਉਹ ਅਸੀਂ ਹਾਂ ਖਾਲਸਾ ਹੈ, ਠੀਕ ਹੈ ਨਾ। ਤੇ ਭਾਈ ਗੁਰਦਾਸ ਜੀ ਪਹਿਲਾਂ ਸ਼ੁਰੂ ਹੀ ਉੱਥੋਂ ਕਰਦੇ ਆ, ਸਭ ਬ੍ਰਹਮ ਦੇ ਉੱਤੋਂ ਸ਼ੁਰੂ ਕਰਦੇ ਆ, ਫਿਰ ਚਾਰਾਂ ਵੇਦਾਂ ਦੀ ਗੱਲ ਕਰ, ਚਾਰਾਂ ਯੁਗਾਂ ਦੀ ਗੱਲ ਕਰਦੇ ਆ। ਚਾਰਾਂ ਯੁਗਾਂ ਦੀ ਗੱਲ ਕਰਨ ਤੋਂ ਬਾਅਦ, ਉਸ ਤੋਂ ਬਾਅਦ ਭਾਈ ਗੁਰਦਾਸ ਜੀ ਸਾਰੀ ਗੱਲ ਕਰਕੇ ਤੇ ਸਾਰੇ ਵੇਦਾਂ ਦੀ ਗੱਲ ਕਰਦੇ ਆ, ਰਿਗਵੇਦ, ਅਥਰਵੇਦ, ਯਜੁਰਵੇਦ, ਸਾਮਵੇਦ। ਭਾਈ ਗੁਰਦਾਸ ਜੀ ਉਹ ਚ ਗੱਲ ਕਰਦੇ ਆ ਵੀ ਰਿਗਵੇਦ ਦੇ ਸਮੇਂ ਕੱਪੜਿਆਂ ਦਾ ਰੰਗ ਨੀਲਾ ਹੁੰਦਾ ਸੀ। ਦੂਜੀ ਗੱਲ ਇਹ ਜਿਹੜੀ ਇਹ ਗੱਲ ਤਾਂ ਠੀਕ ਹੈ ਵੀ ਗੁਰੂ ਦੇ ਵਿੱਚ ਤਾਂ ਸਿੱਖ ਦੇ ਵਿੱਚ ਕੋਈ ਭੇਦ ਨਹੀਂ ਹੈ, ਪਰ ਇਹ ਗੁਰੂ ਉਹ ਹੈ ਜਿਹੜਾ ਤੁਹਾਨੂੰ ਹਨੇਰੇ ਤੋਂ ਫੜ ਕੇ ਚਾਨਣ ਵਿੱਚ ਲੈ ਕੇ ਜਾਵੇ, ਠੀਕ ਹੈ ਜੀ। ਇਸ ਕਰਕੇ ਭਗਤ ਰਵਿਦਾਸ ਜੀ ਨੂੰ ਜੇ ਕੋਈ ਭਾਵਨਾ ਨਾਲ ਗੁਰੂ ਕਹਿੰਦਾ, ਜਿਵੇਂ ਤੁਸੀਂ ਵੀ ਗਿਆ, ਤਾਂ ਕੋਈ ਗੱਲ ਨੀ, ਉਹਦੀ ਭਾਵਨਾ ਮਾੜੀ ਨਹੀਂ ਹੈਗੀ, ਪਰ ਜੋ ਇਹ ਬੰਦੇ ਕਰ ਰਹੇ ਇਹ ਰਾਜਨੀਤੀ ਹੈ। ਸਾਤੇ ਕਿਉਂਕਿ ਇਹਨਾਂ ਦਾ ਨਾ ਮੂੰਹ ਹੈ ਭਗਤ ਰਵਿਦਾਸ ਜੀ ਵਾਲਾ, ਨਾ ਮੱਥਾ ਹੈ ਭਗਤ ਰਵਿਦਾਸ ਜੀ ਵਾਲਾ। ਭਗਤ ਰਵਿਦਾਸ ਜੀ ਸਾਰੇ ਜਿੰਨੇ ਵੀ ਭਗਤ ਹੋਏ ਹੈ, ਦਿਮਾਗ ਉਹਨਾਂ ਦੇ ਸਿਰ ਤੇ ਦਸਤਾਰਾਂ ਹੁੰਦੀਆਂ ਸਨ, ਪੱਗਾਂ ਹੁੰਦੀਆਂ ਸਨ, ਜਾਂ ਉਹਨਾਂ ਦਾ ਸਿਰ ਕੱਜਿਆ ਹੁੰਦਾ ਸੀਗਾ। ਭਗਤ ਰਵਿਦਾਸ ਜੀ ਦੀ ਫੋਟੋ ਤੇ ਸਿਰ ਹੀ ਨੀ ਕੱਜਿਆ ਹੋਇਆ ਪਹਿਲੀ ਗੱਲ ਤੇ, ਫਿਰ ਚਲੋ ਨਾ ਵੀ ਸਿਰ ਕੱਜਿਆ ਹੋਵੇ, ਭਗਤ ਰਵਿਦਾਸ ਜੀ ਦੇ ਲੰਬੇ ਕੇਸ ਨੇ ਤੇ ਉਹਨਾਂ ਦਾ ਦਾੜਾ ਹੈ, ਜਿਵੇਂ ਗੁਰਬਾਣੀ ਦੇ ਵਿੱਚ ਆਉਂਦਾ ਭਗਤਾਂ ਦੀ ਬਾਣੀ ਚ, ਤੇਰੇ ਸੋਹਣੇ ਨੱਕ ਜਿਨ ਲੰਬੜੇ ਵਾਲਾ, ਕੰਚਨ ਕਾਇਆ ਸੋਨੇ ਕੀ ਢਾਲਾ। ਵੀ ਤੇਰਾ ਸੋਹਣਾ ਨੱਕ ਏ, ਲੰਮੇ ਵਾਲ, ਲੰਬੜਾ ਵਾਲ, ਲੰਬੜੇ ਵਾਲ, ਭਗਵਾਨ ਕ੍ਰਿਸ਼ਨ ਜੀ ਨੂੰ ਕੇਸ਼ਵ ਕਿਹਾ ਜੀ, ਸਾਥੇ ਭਗਵਾਨ ਕ੍ਰਿਸ਼ਨ ਜੀ ਦਾ ਇੱਕ ਨਾਮ ਉਹਨਾਂ ਦਾ ਕੇਸ਼ਵ ਵੀ ਹੈ, ਕੇਸ਼ਵ ਜੀ, ਕੇਸ਼ਵ ਮਤਲਬ ਸੁੰਦਰ ਕੇਸਾਂ ਵਾਲਾ।
ਜਿੰਨੇ ਵੀ ਆਪਣੇ ਸਾਡੇ ਹਿੰਦੂ ਭਰਾ ਵੀ ਸੁਣਦੇ ਆ, ਆਪਣੇ ਆਪ ਨੂੰ ਸਨਾਤਨੀ ਕਹਿੰਦੇ ਆ, ਸਨਾਤਨੀ ਦਾ ਜਿਹੜਾ ਅਸਲੀ ਸਨਾਤਨੀ ਉਹ ਕੇਸਾਂ ਵਾਲਾ ਹੈ, ਲੰਬੇ ਕੇਸ ਰੱਖਣੇ ਚਾਹੀਦੇ, ਦਾੜਾ ਰੱਖਣਾ ਚਾਹੀਦਾ। ਪ੍ਰੇਮਾਨੰਦ ਜੀ ਦਾ ਕਿੱਡਾ ਸੁੰਦਰ ਦਾੜਾ ਹੈ, ਕਿੰਨੇ ਸੁੰਦਰ ਕੇਸ ਨੇ, ਠੀਕ ਹੈ ਨਾ। ਤੇ ਕਿਸੇ ਵੀ ਰਿਸ਼ੀ ਮੁਨੀ ਦਾ ਕਦੀ ਵੀ ਨੀ ਏਦਾਂ ਆ, ਭਗਵਾਨ ਰਾਮ ਜੀ ਦੇ ਲੰਬੇ ਕੇਸਾਂ ਦਾ ਜ਼ਿਕਰ ਹੁੰਦਾ, ਜੂੜੇ ਦਾ ਜ਼ਿਕਰ ਹੁੰਦਾ ਭਗਵਾਨ ਰਾਮ ਜੀ ਦਾ, ਠੀਕ ਹੈ ਜੀ। ਦੂਜੀ ਗੱਲ ਇਹ, ਦੂਸਰੀ ਗੱਲ ਇਹ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਇਹ ਵੇ ਕਿ ਕਬਹੂ ਨਾ ਧਿਆਉਂ, ਇਹ ਜਿਹੜੀ ਪੰਕਤੀ ਹੈ ਨਾ ਜਿਹੜੀ ਲਿਖੀ ਹੈ ਕਿਸ਼ਨ ਬਿਸ਼ਨ ਕਬਹੂ ਨਾ ਧਿਆਉਂ, ਇਹ ਪੜ੍ਹ ਲਓ ਜਾ ਕੇ ਪਹਿਲਾਂ ਪੂਰੀ ਪੜ੍ਹੋ ਬਾਣੀ। ਇਹਦੇ ਵਿੱਚ ਇਹ ਦੇਵੀ ਜੀ ਕੀ ਉਸਤਤ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਅੱਥ ਦੇਵੀ ਜੂ ਕੀ ਉਸਤਤ ਵਰਣਨੰ, ਉਹਦੇ ਵਿੱਚ ਲਿਖਿਆ ਮੈਂ ਨਾ ਗਣੇ ਸੰਗਤ ਸੰਮਨ ਪ੍ਰਿਸਮ ਨਾ ਕਿਸ਼ਨ ਬਿਸ਼ਨ ਕਬੂ ਨਾ ਧਿਆਉਂ। ਗੁਰੂ ਗੋਬਿੰਦ ਸਿੰਘ ਕਹਿੰਦੇ ਆ ਵੀ ਮੈਂ ਅਕਾਲ ਪੁਰਖ ਦੀ ਉਹ ਸ਼ਕਤੀ ਨੂੰ ਧਿਆਉਣਾ ਵਾ, ਉਹਦੇ ਅੰਤ ਦੇ ਵਿੱਚ ਲਿਖਿਆ ਮੈਂ ਨਾ ਗਣੇਸ਼ ਸਾਹਿਬ ਪ੍ਰਥਮ ਬਣਾਓ ਕਿਸਨ ਬਿਸਨ ਕਬੂ ਨਾ ਕਿਉਂ, ਕੋਲੋ ਹੀ ਮਨ ਨਾਲ ਲੱਗ ਜਾਣੇ। ਇੱਕ ਲੈਣ ਦੇ ਨਾਲ ਥੋੜਾ ਸਿੱਧ ਹੁੰਦਾ ਸਾਰਾ ਕੁਝ, ਇੱਕ ਪੰਕਤੀ ਪੜ੍ਹ ਲਓ ਉਹਦੇ ਨਾਲ ਥੋੜਾ ਗੁਰਬਾਣੀ ਸਿੱਧ ਹੁੰਦੀ ਹੈ। ਕਿਸਨ ਬਿਸਨ ਕਬੂ ਨਾ ਧਿਆਉਂ ਦੀ ਪੰਕਤੀ ਪੂਰੇ ਪੂਰਾ ਸ਼ਬਦ ਪੜ੍ਹੋ, ਉਹਦੇ ਚ ਲਿਖਿਆ ਆਥ ਦੇਵੀ ਜੂ ਕੀ ਉਸਤਤ ਵਰਣਨੰ, ਵਾਹਿਗੁਰੂ ਲਿਖਿਆ ਮੈਂ ਨਾ ਗ੍ਰੇਸਨ ਕਿਸਨ ਬਣਾਓ, ਠੀਕ ਹੈ ਨਾ। ਦੂਸਰੀ ਗੱਲ ਇਹ ਵੇ ਜਿਹੜੀ ਇਹ ਗੱਲ ਬਹੁਤ ਜ਼ਰੂਰੀ ਹੈ, ਬਹੁਤ ਇੰਪੋਰਟੈਂਟ ਹੈ, ਜਿਹੜੀ ਭਗਤ ਜੀ ਦੀ ਬਾਣੀ ਦੀ ਗੱਲ ਕੀਤੀ ਹੈ। ਭਗਤ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਆ, ਹੁਣ ਅੱਜ ਤੁਸੀਂ ਕਿਸੇ ਨੂੰ ਇਹ ਅੱਖਰ ਵਰਤੋ ਨਾ ਵੀ, ਇਹ ਮਾਫੀ ਚਾਹੁੰਦਾ ਵੀ ਇਹ ਅੱਖਰ ਵਰਤੋ, ਸੰਵਿਧਾਨ ਆ ਭਾਰਤ ਦੇ ਸੰਵਿਧਾਨ ਮੁਤਾਬਕ ਨਵਾਂ ਸੰਵਿਧਾਨ ਹੈ, ਵੀ ਕਿਸੇ ਨੂੰ ਕਹਿ ਦਿਓ ਵੀ ਚਮਾਰ, ਮਾਫੀ ਚਾਹੁੰਦਾ, ਅਗਲਾ ਕੇਸ ਕਰ ਦਿੰਦਾ ਤੁਹਾਡੇ ਉੱਤੇ। ਪਰ ਭਗਤ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਆ, ਭਗਤ ਭਗਤ ਜੱਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੱਟਾ, ਵਾਹਿਗੁਰੂ ਲਿਖ ਰਹੇ ਆ, ਆਪਣੇ ਆਪ ਨੂੰ ਭਗਤ ਲਿਖ ਰਿਹਾ, ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੱਟਾ, ਵੀ ਭਗਤ ਭਗਤ ਹੋ ਗਈ ਹੈ ਚਾਰੇ ਚਾਰੇ ਕੋਨਿਆਂ ਦੇ ਵਿੱਚ, ਭਗਤ ਭਗਤ ਜਗ ਵੱਜਿਆ, ਜਗ ਦੇ ਵਿੱਚ ਭਗਤ ਭਗਤ ਹੋ ਗਈ ਹੈ ਕਿ ਚਾਰੇ ਚੱਕਾਂ ਦੇ ਵਿੱਚ, ਚਾਰੇ ਕੋਨਿਆਂ ਚਾਰੇ ਦਿਸ਼ਾਵਾਂ ਦੇ ਵਿੱਚ ਹੋ ਗਈ ਕਿ ਚਮਰੱਟਾ ਚਮਰੱਟਾ ਹੋ ਗਈ, ਵੀ ਚਮਾਰ ਭਗਤ ਕਿੱਡਾ, ਵੇਖੋ ਚਮਾਰ ਜਾਤੀ ਦਾ ਭਗਤ ਕਿੱਡਾ ਵੱਡਾ, ਇਹ ਬਾਣੀ ਦਾ ਅਰਥ ਹੈ ਉਹਦਾ, ਵਾਹਿਗੁਰੂ। ਠੀਕ ਹੈ ਨਾ, ਗੱਲ ਇਹ ਵੇ ਵੀ ਪਹਿਲਾਂ ਜਿਹੜੇ ਵਰਣ ਵੰਡ ਸੀ ਨਾ ਇਹ ਕਰਮ ਦੇ ਆਧਾਰ ਤੇ ਸਨ, ਜਿਹੜਾ ਵੇਦ ਪੜ੍ਹਦਾ ਸੀ ਵੇਦ ਪੜ੍ਹਾਉਂਦਾ ਸੀ ਉਹ ਬ੍ਰਾਹਮਣ ਸੀ, ਜਿਹੜਾ ਜੰਗ ਕਰਦਾ ਸੀ, ਜੰਗ ਕਰਦਾ ਸੀ ਪ੍ਰੋਟੈਕਸ਼ਨ ਕਰਦਾ ਸੀ ਲੋਕਾਂ ਦਾ, ਛੱਤਰੀ ਸੀ। ਗੁਰਬਾਣੀ ਚ ਵੀ ਆਉਂਦਾ ਨਾ ਬ੍ਰਹਮ ਬਿੰਦ ਹੈ ਸੋ ਬ੍ਰਾਹਮਣ, ਜਿਹੜਾ ਬ੍ਰਹਮ ਦੀ ਬਿੰਦਾ ਬਿੰਦਨਾ ਕਰਦਾ, ਜਿਹੜਾ ਬ੍ਰਹਮ ਦੀ ਪੂਜਾ ਕਰਦਾ ਉਹ ਬ੍ਰਾਹਮਣ ਹੈ, ਤੇ ਛੱਤਰੀ ਸੋ ਜੋ ਕਰਮਾਂ ਕਾ ਸੂਰਜ ਦੇ ਕਰਮ ਸੂਰਮੇ ਵਾਲੇ ਹੋਣ ਉਹ ਛੱਤਰੀ ਹੈ, ਠੀਕ ਹੈ। ਤੇ ਜਿਹੜਾ ਵੈਸ਼ ਸੀ ਉਹ ਵਪਾਰ ਕਰਦਾ ਸੀਗਾ, ਉਹਦਾ ਬਿਜ਼ਨਸ ਮਾਈਂਡਡ ਬੰਦਾ ਸੀਗਾ, ਤੇ ਜਿਹੜਾ ਤੁਹਾਡੀ ਵਿੱਚ ਵਿੱਚ ਬਾਬੇ ਕਦੀ ਕਦੀ ਨਹੀਂ ਆਉਂਦੀ ਵੈ ਆ ਰਹੀ ਆ। ਅੱਛਾ ਇੱਕ ਮਿੰਟ, ਮੈਂ ਨਾ ਇਹਨੂੰ ਕੰਨਾਂ 'ਚ ਟੂਟੀਆਂ ਲਾ ਲਵਾਂ, ਮੈਂ ਕੰਨਾਂ 'ਚ ਲਾ ਲਓ ਜੀ, ਲਾ ਲਓ ਕੋਈ ਗੱਲ ਨਹੀਂ, ਇੱਕ ਮਿੰਟ ਖੜ ਜਾ। ਜਿਹੜਾ ਜਿਹੜਾ ਛੱਤਰੀ ਸੀਗਾ ਉਹ ਕਰਮਾਂ ਦਾ ਸੂਰਮਾ, ਸੁਣ ਆਵਾਜ਼ ਠੀਕ ਹੁੰਦੀ ਹੈ ਜੀ? ਹਾਂਜੀ ਹਾਂਜੀ, ਚੜ੍ਹਦੀ ਗੱਲ ਹੈ। ਅੱਛਾ ਜਿਹੜਾ ਛੱਤਰੀ ਸੀ ਉਹ ਕਰਮਾਂ ਕਾ ਸੂਰ ਸੀਗਾ, ਕਰਮਾਂ ਦਾ ਸੂਰ, ਇਵੇਂ ਹੀ ਗੁਰਬਾਣੀ ਨੂੰ ਸਮਝਣ ਵਾਸਤੇ ਭਾਈ ਗੁਰਦਾਸ ਜੀ ਆ ਜਿਹੜਾ ਵਿੱਚੋਂ ਬੋਲੀ ਜਾਂਦਾ ਹੈ ਕਿ ਤੇਰਾ ਜੱਟ ਉਹੀ, ਪਹਿਲਾਂ ਤਾਂ ਆਪਣਾ ਨਾਂ ਠੀਕ ਕਰਕੇ ਆ ਭਰਾਵਾ, ਅਸੀਂ ਤੇ ਨਾ ਮਾੜੇ ਇਹੋ ਜਿਹੇ ਨਾਂ ਵਾਲੇ ਨਾਲ ਗੱਲ ਹੀ ਨਹੀਂ ਕਰਦੇ। ਪਹਿਲੀ ਗੱਲ ਜਿਹੜੀ ਜਿਹੜੀ ਸਪਸ਼ਟ ਗੱਲ ਇਹ ਵੇ ਵੀ ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੀ ਕੁੰਜੀ ਕਿਹਾ, ਠੀਕ ਹੈ, ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਿਹਾ, ਜਾ ਕੇ ਜਿਹਨੇ ਵੀ ਗੁਰਬਾਣੀ ਨਹੀਂ ਪੜ੍ਹੀ, ਪਹਿਲੀ ਗੱਲ ਟਕਸਾਲਾਂ ਚ ਹੁੰਦਾ ਸੀਗਾ ਵੀ ਵਿਦਿਆਰਥੀ ਲੈਂਦੇ ਸੀਗੇ
ਪਹਿਲਾਂ ਉਹਨੂੰ ਪੰਜ ਗ੍ਰੰਥੀ ਕੰਠ ਕਰਾਉਂਦੇ ਹੁੰਦੇ ਸੀਗੇ, ਫਿਰ ਉਹਨੂੰ ਕੰਠ ਕਰਾਉਂਦੇ ਹੁੰਦੇ ਸੀਗੇ, ਫਿਰ ਉਹਨੂੰ ਭਗਤ ਬਾਣੀ ਦੀ ਸੰਥਿਆ ਦਿੰਦੇ ਹੁੰਦੇ ਸੀਗੇ, ਫਿਰ ਉਹਨੂੰ 22 ਵਾਰਾਂ ਦੀ ਸੰਥਿਆ ਦਿੰਦੇ ਹੁੰਦੇ ਸੀਗੇ, ਉਸ ਤੋਂ ਬਾਅਦ ਉਹਨੂੰ 7 ਵਾਰੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਦਿੱਤੀ ਜਾਂਦੀ ਸੀ 7 ਵਾਰੀ। ਗਿਆਨੀਆਂ ਦੀ ਸੰਪਰਦਾ ਜਿਹਨੂੰ ਅੱਜ ਕੱਲ ਟਕਸਾਲ ਕਹਿੰਦੇ ਆ, ਗਿਆਨੀਆਂ ਦੀ ਸੰਪਰਦਾ ਦੀ ਮਰਿਆਦਾ ਸੀ। ਉਸ ਤੋਂ ਬਾਅਦ ਉਹਨੂੰ 7 ਵਾਰੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦੇ ਕੇ ਉਸ ਤੋਂ ਬਾਅਦ ਫਿਰ ਉਹਨੂੰ 21 ਵਾਰੀ ਸਹਿਜ ਪਾਠ ਕਰਨਾ ਜ਼ਰੂਰੀ ਹੁੰਦਾ ਸੀ, ਤਾਂ ਵਿਦਿਆਰਥੀ ਮੰਨਿਆ ਜਾਂਦਾ ਸੀ ਟਕਸਾਲ ਦਾ। ਉਸ ਤੋਂ ਬਾਅਦ ਦਸਮ ਦੀ ਸੰਥਿਆ ਮਿਲਦੀ ਸੀਗੀ, ਸੋਚੋ ਹੁਣ ਜਿਹੜੀ ਜਿਹੜੀ ਜਿਹਦੇ ਭਚੰਗੀ ਨੂੰ ਬਾ ਨਿਤਨੇਮ ਕੰਠ ਹੋਵੇ, ਪੰਜ ਗ੍ਰੰਥੀ ਕੰਠ ਹੋਵੇ, 7 ਵਾਰੀ ਉਹਨੇ ਸੰਥਿਆ ਕੀਤੀ ਹੋਵੇ, ਫਿਰ ਉਹਨੇ ਭਾਈ ਗੁਰਦਾਸ ਜੀ ਸਾਲ ਪੜੇ ਹੁਣ, ਫਿਰ ਅੱਛਾ 7 ਵਾਰੀ ਸੰਥਿਆ ਪਹਿਲਾਂ ਭਾਈ ਗੁਰਦਾਸ ਜੀ ਪੜ੍ਹਾਉਂਦੇ ਹੁੰਦੇ ਸੀਗੇ, ਫਿਰ ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੀ ਕੁੰਜੀ ਕਿਹਾ ਹੈ, ਕੁੰਜੀ ਨਾਲ ਹੀ ਤਾਲਾ ਖੁੱਲੇਗਾ ਜੀ ਜੀ, ਜਿਹੜਾ ਗੁਰਬਾਣੀ ਦਾ ਰਹੱਸ ਵਾਲਾ ਤਾਲਾ, ਇਹ ਰਹੱਸ ਹੈ ਨਾ ਗੁਰਬਾਣੀ, ਵਿਸਮਾਦ ਹੈ, ਉਹ ਰਹੱਸ ਦਾ ਤਾਲਾ ਕਿਸੇ ਕੁੰਜੀ ਨਾਲ ਹੀ ਖੁੱਲੇਗਾ ਜੀ, ਸਹੀ ਗੱਲ ਹੈ, ਕੁੰਜੀ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕਿਹਾ ਜੀ, ਠੀਕ ਹੈ ਨਾ, ਕੁੰਜੀ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕਿਹਾ, ਤੇ ਭਾਈ ਗੁਰਦਾਸ ਜੀ ਦੀ ਬਾਣੀ ਜਿਹੜੀ ਆ ਗੁਰਬਾਣੀ ਦੀ ਕੁੰਜੀ ਹੈ, ਤੇ ਕੁੰਜੀ ਲਾਏ ਬਿਨਾਂ ਤਾਲਾ ਨੀ ਖੁੱਲਣਾ, ਭਾਈ ਗੁਰਦਾਸ ਜੀ ਉਹਦੇ ਵਿੱਚ ਸਿੱਧ ਸਾਰਾ ਕੁਛ ਲਿਖਦੇ ਆ, ਠੀਕ ਹੈ ਜੀ ਜੀ। ਦੂਜੀ ਗੱਲ ਜਿਹੜੀ ਬਹੁਤ ਜ਼ਰੂਰੀ ਤੇ ਜਿਹੜੀ ਬਹੁਤ ਇੰਪੋਰਟੈਂਟ ਹੈ ਉਹ ਇਹ ਹੈ ਕਿ ਭਗਤ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਆ, ਭਗਤ ਰਵਿਦਾਸ ਜੀ ਲਿਖਦੇ ਆ, ਭਗਤ ਰਵ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੱਟਾ। ਉਹ ਐਵੇਂ ਹੋਇਆ ਨਾ, ਜਦੋਂ ਭਗਤ ਜੀ ਉਹਨੇ ਮੂਰਤੀ ਤੇ ਪੁੱਛਦਾ ਸੀਗਾ, ਹੁਣ ਦੱਸੀਏ ਜਵਾਬ ਦੇਈਏ, ਕਹਿੰਦਾ ਸੀ ਪਾਹਣ ਮੈਂ ਪਰਮੇਸ਼ਰ ਨਾ ਹੀ, ਠੀਕ ਹੈ ਪਾਹਣ ਚ ਪਰਮੇਸ਼ਰ ਨਹੀਂ, ਪਰ ਉਹ ਮਹਾਰਾਜ ਕਹਿੰਦੇ ਜਿਨ ਜਲ ਥਲ ਗਿਰ ਕੀਏ ਪਹਾੜ, ਜਿਹਨੇ ਜਲ ਵੀ ਕੀਤੇ ਥਲ ਵੀ ਕੀਤੇ ਗਿਰ ਵੀ ਕੀਤੇ ਪਰਬਤ ਵੀ ਸਾਰੇ ਉਹਨੇ ਕੀਤੇ ਪਰਮਾਤਮਾ ਨੇ, ਇਸ ਕਰਕੇ ਉਹਦੇ ਵਿੱਚ ਹੀ ਸਭ ਭਗਤ ਧੰਨਾ ਜੀ ਨੇ ਪੱਥਰ ਜੇ ਪਰਮੇਸ਼ਰ ਨੂੰ ਪਾ ਲਿਆ ਸੀ, ਹੈ ਨਾ ਜੀ, ਇਹ ਗੱਲ ਭਾਵਨਾ ਤੇ ਹੁੰਦੀ ਸਾਰੀ। ਦੂਜੀ ਗੱਲ ਇਹ ਵੇ ਵੀ ਜਿਵੇਂ ਹੁਣ ਫੋਰ ਐਗਜ਼ਾਮਪਲ ਭਗਤ ਰਵਿਦਾਸ ਜੀ ਨੂੰ ਕਿਹਾ ਉੱਥੇ ਦੇ ਬ੍ਰਾਹਮਣਾਂ ਨੇ ਜਿਹੜੇ ਸ੍ਰੇਸ਼ਟ ਸਨ, ਜਿਹੜੇ ਹੰਕਾਰੀ ਸਨ, ਉਹਨਾਂ ਨੇ ਕਿਹਾ ਵੀ ਜੇ ਤੂੰ ਭਗਤ ਨੇ ਤੇ ਆਹ ਮੂਰਤੀਆਂ ਸਾਡੀਆਂ ਪਾਣੀ ਦੇ ਪਰਲੇ ਭਾਰ ਨੇ, ਇਹ ਤੁਰ ਕੇ ਆ ਜਾਣਗੀਆਂ ਪਾਣੀ ਦੇ ਉੱਤੇ, ਭਗਤ ਗੁਰਦਾਸ ਆ ਵੇਖੋ ਆ ਧਰਮੇ ਦਾ ਚੇਲਾ ਕਹਿੰਦਾ ਗੁਰਦਾਸ ਦੀਆਂ ਵਾਰਾਂ ਝੂਠੀਆਂ ਗੁਰਬਾਣੀ ਦੇ ਬਿਲਕੁਲ ਉਲਟ ਹਨ, ਭਾਈ ਗੁਰਦਾਸ ਜੀ ਨੂੰ ਗੁਰਦਾਸ ਲਿਖਦਾ ਵੇ, ਇਹ ਇਹ ਧਰਮੇ ਦੇ ਚੇਲੇ ਨੇ ਨਾ ਜਿਹੜੇ। ਐਨੀਵੇਸ ਦੂਜੀ ਗੱਲ ਇਹ ਵੇ ਵੀ ਭਾਈ ਗੁਰਦਾਸ ਉਹਨਾਂ ਨੂੰ ਭਗਤ ਰਵਿਦਾਸ ਜੀ ਨੂੰ ਕਿਹਾ ਕਿ ਤੁਰ ਕੇ ਆ ਜਾਣਗੀਆਂ ਪਾਣੀ ਦੇ ਮੂਰਤੀਆਂ, ਭਾਈ ਭਗਤ ਰਵਿਦਾਸ ਜੀ ਨੇ ਕਿਹਾ ਆਪਣਾ ਕਿ ਮਹਾਰਾਜ ਅੱਗੇ ਬੇਨਤੀ ਕੀਤੀ, ਅਕਾਲ ਪੁਰਖ ਇੱਕ ਬ੍ਰਹਮ ਅੱਗੇ ਜੀ ਬੇਨਤੀ ਕੀਤੀ ਵੀ ਹੁਣ ਮੇਰੀ ਲਾਜ ਤੇਰੇ ਹੱਥ ਹੈ ਨਾ, ਉਹਨਾਂ ਨੇ ਕੁਛ ਨੀ ਕੀਤਾ, ਬਸ ਸਮਾਧੀ ਚ ਲੀਨ ਹੋ ਕੇ ਬੈਠ ਗਏ ਤੇ ਵੇਖਣ ਵਾਲਿਆਂ ਨੂੰ ਦੇਖਿਆ ਪਾਣੀ ਤੇ ਮੂਰਤੀਆਂ ਤੁਰ ਕੇ ਪੂਰੀਆਂ ਬਾ ਅੱਗੇ ਆਈਆਂ ਪਾਰ ਕੀਤੇ ਪਾਣੀ ਨੂੰ, ਗੁਰਬਾਣੀ ਨੂੰ ਉਥਾਨਕਾ ਹੁੰਦੀ ਸਾਰੀ ਗੁਰਬਾਣੀ, ਉਥਾਨਕਾ ਮਤਲਬ ਹੁੰਦੀ ਹੈ ਹਰ ਸ਼ਬਦ ਦੇ ਪਿੱਛੇ ਕੋਈ ਨਾ ਕੋਈ ਕਿਸੇ ਓਕੇਜ਼ਨ ਤੇ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਨਾ ਜੀ ਜੀ, ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਨਨਾਥਪੁਰੀ ਗਏ ਉੱਥੇ ਮਹਾਰਾਜ ਨੇ ਸ਼ਬਦ ਉਚਾਰਿਆ ਨਾ, ਐਵੇਂ ਮਹਾਰਾਜ ਜਿੱਥੇ ਜਿੱਥੇ ਸੰਗਲਾ ਦੀਪ ਗਏ ਉੱਥੇ ਸ਼ਬਦ ਉਚਾਰਿਆ ਨਾ, ਐਵੇਂ ਜਦੋਂ ਅਕਬਰ ਬਾਦਸ਼ਾਹ ਨੂੰ ਮਿਲਿਆ ਜਾ ਕੇ ਆਪਣਾ ਤਪਾ ਉੱਥੇ ਸ਼ਬਦ ਉਚਾਰਿਆ ਨਾ, ਮਾਲੂਹੀ ਭਰਿਆ ਕਾਲਾ ਮੈਲਾ ਖਦੋਲੜਾ ਹੈ ਨਾ, ਉਹ ਸ਼ਬਦ ਉਚਾਰਿਆ ਨਾ ਤੇ ਉਹ ਤਪੇ ਦਾ ਸ਼ਬਦ ਉਚਾਰਿਆ, ਐਵੇਂ ਸਾਰੇ ਦਾ ਸਾਰਾ ਜਿਹੜਾ ਹੈ ਨਾ। ਤੇ ਗੁਰਬਾਣੀ ਦੇ ਵਿੱਚ ਭਗਤ ਰਵਿਦਾਸ ਜੀ ਕਹਿੰਦੇ ਆ ਵੀ ਫਿਰ ਤੁਰ ਕੇ ਇੱਧਰ ਆ ਗਈਆਂ ਮੂਰਤੀਆਂ, ਇੱਧਰ ਆ ਗਈਆਂ
ਆਦਿ ਗੁਰੂ ਗ੍ਰੰਥ ਸਾਹਿਬ ਚ। ਤੇ ਉਸ ਤੋਂ ਬਾਅਦ ਭਗਤ ਰਵਿਦਾਸ ਜੀ ਦੀ ਬਾਣੀ ਦੂਜੀ ਹੈ, ਸ਼ਬਦ ਹੈ ਜਿਹੜਾ ਭਗਤ ਰਵਿਦਾਸ ਜੀ ਦਾ, ਬੇਗਮਪੁਰਾ ਸਹਿਰ ਕੋ ਨਾ ਦੁੱਖ ਦੋਖ ਨਹੀਂ ਕੋ ਥਾਂ, ਹੈ ਨਾ। ਉਹਦੇ ਅੰਤ ਦੇ ਵਿੱਚ ਲਿਖਦੇ ਆ, ਕਹਿ ਰਵਿਦਾਸ ਥਲਾਸ ਚਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ। ਜੀ ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ। ਜੀ ਗੱਲ ਇਹ ਵੇ ਵੀ ਭਗਤ ਰਵਿਦਾਸ ਜੀ ਭਗਤ ਦੀ ਇੱਕ ਉਪਾਧੀ ਹੈ, ਉਪਾਧੀ ਹਾਂਜੀ ਉਪਾਧੀ, ਉਹ ਇੱਕ ਅਵਸਥਾ ਹੈ ਭਗਤ ਦੀ, ਭਗਤੀ ਦੀ ਇੱਕ ਵਾਰੀ। ਕੋਈ ਕਿਸੇ ਨੂੰ ਕਹੇਗਾ ਵੀ ਫਲਾਣਿਆ ਤੂੰ ਕੀ ਕਰਦਾ, ਮੈਂ ਪਰਮੇਸ਼ਰ ਦੀ ਭਗਤੀ ਕਰਦਾ। ਜਿਹਨੇ ਪਰਮੇਸ਼ਰ ਦੀ ਭਗਤੀ ਭਗਤ ਕਰਕੇ ਭਗਤ ਭਗਤੀ ਕਰਕੇ ਉਹਨੂੰ ਪਾ ਲਿਆ ਉਹ ਭਗਤ ਹੈ। ਸਾਤੇ ਠੀਕ ਹੈ। ਤੇ ਜਿਹਨੇ ਪਰਮੇਸ਼ਰ ਨੂੰ ਸਿੱਖ ਹੋ ਕੇ, ਜਿਹਨੇ ਕਿਸੇ ਗੁਰੂ ਦਾ ਸਿੱਖ ਹੋ ਕੇ ਉਹਨੂੰ ਮੰਨ ਲਿਆ ਉਹ ਸਿੱਖ ਹੈ। ਸਹੀ ਗੱਲ। ਜਿਸ ਨੇ ਆਪਣਾ ਰਾਬਤਾ ਪਾ ਕਰਕੇ ਉਹਨਾਂ ਸਿੱਖਾਂ ਨੂੰ ਜੋੜਿਆ ਉਹ ਗੁਰੂ ਹੈ। ਗੁਰੂ ਕਹਿਣਾ ਭਗਤ ਕਹਿਣਾ ਇਹ ਆਪਣੀ ਇੱਛਾ ਦੇ ਮੁਤਾਬਕ ਹੈਗਾ, ਉਹ ਆਪਣੀ ਮਤਲਬ ਜਿਵੇਂ ਕਿਸੇ ਨੇ ਕਹਿਣਾ ਕਵੇ, ਪਰ ਉਹ ਘੱਟੋ ਘੱਟ ਉਹਦੇ ਵਰਗੇ ਹੋਣ ਤਾਂ ਸੀ ਭਗਤ ਰਵਿਦਾਸ ਜੀ ਵਰਗੇ। ਕੱਲਾ ਗੁਰੂ ਕਹਿਣ ਨਾਲ ਥੋੜਾ ਗੱਲ ਬਣ ਜਾਏਗੀ, ਜਿਵੇਂ ਸਿੱਖ ਵੀ ਨੇ, ਜੇ ਸਿੱਖਾਂ ਨਾਲ ਵੀ ਗੱਲ ਕਰੀਏ ਤਾਂ ਸਿੱਖਾਂ ਨਾਲ ਵੀ ਇਹ ਗੱਲ ਤਾਂ ਜ਼ਰੂਰੀ ਹੈ ਨਾ, ਵੀ ਕੱਲੇ ਸਿੱਖ ਜੇ ਇਹ ਕਹਿ ਦੇਣ ਵੀ ਹਾਂ ਵੀ ਅਸੀਂ ਗੁਰੂ ਦੇ ਸਿੱਖ ਹਾਂ ਪਰ ਗੁਰੂ ਦੀ ਮੰਨਣ ਨਾ, ਹਾਂਜੀ, ਤਾਂ ਫਿਰ ਗੁਰੂ ਦੇ ਸਿੱਖ ਥੋੜਾ ਹੋਏ, ਫਿਰ ਸਹੀ ਗੱਲ ਹੈ ਤਾਂ ਗੁਰੂ ਤਾਂ ਉਲਟ ਹੋ ਗਏ। ਹਾਂਜੀ ਇਦਾਂ ਹੀ, ਠੀਕ ਹੈ ਨੀ ਬਾਬਾ ਜੀ, ਸਹੀ ਗੱਲ। ਜੇ ਗੁਰੂ ਦੇ ਉਲਟ ਹੋ ਗਏ ਤਾਂ ਫਿਰ ਉਹ ਗੁਰੂ ਦੇ ਸਿੱਖ ਥੋੜਾ ਹੋਏ, ਫਿਰ ਤੇ ਮਨ ਦੇ ਸਿੱਖ ਹੋ ਗਏ ਨਾ, ਕਿਉਂਕਿ ਆਪਣੀ ਬੁੱਧੀ ਦੇ ਪਿੱਛੇ ਲੱਗ ਗਏ। ਜਿਹੜਾ ਬੰਦਾ ਆਪਣੀ ਬੁੱਧੀ ਦੇ ਪਿੱਛੇ ਲੱਗੇਗਾ ਉਹ ਮਨਮਤੀ ਆ, ਉਹ ਮਨ ਦੀ ਮਨ ਮਾਤਰ ਹੈ। ਤੇ ਗੁਰਬਾਣੀ ਕਹਿੰਦੀ ਗੁਰ ਕੀ ਮਾਤੂ ਲੈ ਆਨੇ ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਗੁਰੂ ਦੀ ਮਤ ਲੈ, ਹੁਣ ਆਹ ਦੇਖੋ ਕਿੱਡੀ ਕਿੱਡਾ ਪ੍ਰਮਾਣ ਹੈ, ਗੁਰ ਕੀ ਮਾਤੂ ਲੈ ਆਨੇ ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਗੁਰੂ ਦੀ ਮਤ ਲੈ ਆਣੇ ਮਨੁੱਖ, ਮੂਰਖ ਮਨੁੱਖ ਭਗਤੀ ਤੋਂ ਬਿਨਾਂ ਬੜੇ ਬੜੇ ਸਿਆਣੇ ਡੁੱਬ ਗਏ। ਸਹੀ ਗੱਲ ਹੈ, ਭਗਤੀ ਤੋਂ ਬਿਨਾਂ। ਇਸ ਕਰਕੇ ਜੋ ਮਰਜ਼ੀ ਕਹਿ ਲੋ, ਹੈ ਕੋਈ ਮਰਜ਼ੀ ਕਹਿ ਲੋ, ਭਗਤੀ ਤੋਂ ਬਿਨਾਂ ਬੜੇ ਬੜੇ ਸਿਆਣੇ ਡੁੱਬ ਜਾਂਦੇ। ਸਾਥੇ ਕਹਿਣ ਤੋਂ ਬਾਅਦ ਇਹ ਗੱਲ ਬਾਬਾ ਜੀ ਨੇ ਦੇਖੀ ਹੋਊਗੀ, ਉਹ ਕਹਿੰਦਾ ਏ ਵੀ ਇਹ ਰੋਜ਼ ਅਰਦਾਸ ਜਿਹੜੀ ਕਰਦੇ ਉਹ ਗਲਤ ਝੂਠ ਬੋਲਦੇ ਨੇ, ਉਹ ਵੀ ਕਹਿੰਦਾ ਵਿੱਚ ਕਹਿੰਦਾ ਝੂਠੀ ਅਰਦਾਸ ਕਰਦੇ ਨੇ, ਮਾਈਕ ਤੇ ਝੂਠ ਬੋਲਦੇ। ਉਹਨੇ ਕਹੀ ਸੀਗੀ ਹਾਂ ਉਹ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਹਾਂ ਪ੍ਰਗਟ ਹੈ ਗੁਰਾਂ ਦੀ ਦੇਵ, ਅਸੀਂ ਆਪਣੇ ਗੁਰਾਂ ਦੀ ਦੇਹ ਮੰਨਦੇ ਹਾਂ ਗੁਰੂ ਗ੍ਰੰਥ। ਇਹ ਤਾਂ ਸਿੱਖ ਦੀ ਅਰਦਾਸ ਹੈ ਨਾ, ਸਿੱਖ ਦੀ ਸ਼ਰਧਾ ਹੈ। ਪਹਿਲਾਂ ਅਰਦਾਸ ਇੱਕ ਨਹੀਂ ਸੀ ਹੁੰਦੀ, ਜਿਵੇਂ ਸਿੱਖਾਂ ਦੀਆਂ ਸੰਪਰਦਾਵਾਂ ਦੀ ਅਰਦਾਸ ਵੱਖਰੀ ਵੱਖਰੀ ਵੀ ਹੁੰਦੀ ਸੀਗੀ। ਜੀ ਜੀ, ਸੰਪਰਦਾਵਾਂ ਦੀ ਅਰਦਾਸ ਵੱਖਰੀ ਵੱਖਰੀ ਹੁੰਦੀ ਸੀ, ਠੀਕ ਹੈ। ਪਹਿਲੀ ਪੌੜੀ ਜਿਹੜੀ ਅਰਦਾਸ ਦੇ ਵਿੱਚ ਪੁਰਾਤਨ ਜੋੜੀ ਗਈ ਹੈ, ਕਲਗੀਧਰ ਪਿਤਾ ਦੀ ਜਿਹੜੀ ਦੁਰਗਾ ਦੀ ਵਾਰ ਹੈ, ਚੰਡੀ ਕੀ ਵਾਰ ਹੈ, ਉਹਦੀ ਪਹਿਲੀ ਹੈ ਨਾ ਵਾਰ ਦੀ ਪੌੜੀ ਜੋੜੀ ਗਈ ਹੈ। ਤੇ ਉਸ ਤੋਂ ਬਾਅਦ ਫਿਰ ਸਾਰਾ ਉਹ ਮਤਲਬ ਅਰਦਾਸ ਦਾ ਜਿਹੜਾ ਬਾਅਦ ਵਿੱਚ ਸਿੱਖਾਂ ਨੇ ਬਣਾਇਆ ਨਾ, ਉਹ ਤੇ ਸਿੱਖਾਂ ਨੇ ਬਣਾਇਆ ਨਾ, ਤੇ ਉਹ ਸਿੱਖਾਂ ਦੀ ਭਾਵਨਾ ਦੀ ਅਰਦਾਸ ਹੈ। ਜਿਵੇਂ ਕਿਸੇ ਨੇ ਭਾਵਨਾ ਪ੍ਰਤੀ ਅਰਦਾਸ ਕੋਈ ਨਹੀਂ ਵੀ ਐਵੇਂ ਕਰਨੀ, ਕਿਸੇ ਨੇ ਉਂਝ ਹੀ ਅਰਦਾਸ ਕਰ ਲੈਣੀ ਵੀ ਮਹਾਰਾਜ, ਕਿਸੇ ਨੇ ਅਰਦਾਸ ਤਾਂ ਹੁੰਦੀ ਹੈ ਅੰਦਰੋਂ ਭਿੱਜ ਕੇ ਅੱਖਾਂ ਗਿੱਲੀਆਂ ਕਰਕੇ ਭਾਵਨਾ ਚ ਬਰਾਗ ਦੇ ਵਿੱਚ ਜਦੋਂ ਜਾਣਾ ਹੈ ਨਾ, ਫਿਰ ਅਰਦਾਸ ਉਹ ਇੱਕ ਅਰਦਾਸ ਦੀ ਫੋਰਮ ਹੈ ਨਾ। ਤੇ ਸਿੱਖਾਂ ਦੀ ਅਰਦਾਸ ਵੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਗੁਰਾਂ ਦੀ ਦੇਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਪੋਥੀ ਪਰਮੇਸ਼ਰ ਦਾ ਥਾਨ ਹੈ ਵੇ, ਪਰਮੇਸ਼ਰ ਅਸੀਂ ਤਾਂ ਗੁਰਾਂ ਦੀ ਦੇਹ ਮੰਨਿਆ, ਪਰਮੇਸ਼ਰ ਮੰਨਿਆ ਪੋਥੀ, ਗੁਰਬਾਣੀ ਨੂੰ ਮੰਨਨੇ ਆ, ਬਿਲਕੁਲ ਬਿਲਕੁਲ ਗੁਰਬਾਣੀ ਮੰਨਿਆ। ਪਰ ਜਿਸ ਜਿਸ ਦੀ ਵੀ ਗੁਰਬਾਣੀ ਮਨੁੱਖ ਉਹਦੇ ਵਿੱਚ ਦਰਜ ਹੈ, ਉਹ ਮਾਇਆ, ਉਹ ਇਸ ਸੰਸਾਰ ਦੇ ਮਾਇਆ ਰੂਪ ਦੇ ਵਿੱਚ, ਸੰਸਾਰ ਦੇ ਵਿੱਚ ਮਾਇਆ ਰੂਪ ਦੇ ਵਿੱਚ ਵਿਚਰ ਰਿਹਾ।
ਇਹ ਜਿਹੜਾ ਸਰੀਰ ਮਿਲਿਆ, ਇਹ ਪੰਜ ਭੂਤਕ ਸਰੀਰ ਮਿਲਿਆ ਨਾ, ਪੰਜ ਭੂਤਾਂ ਦਾ ਪੰਜ ਭੂਤਕ ਸਰੀਰ ਹੈ, ਹਵਾ ਪਾਣੀ ਹੈ ਨਾ, ਵਾਯੂ ਧਾਤੂ ਮਿੱਟੀ, ਇਹਦਾ ਸਰੀਰ ਬਣਿਆ ਨਾ, ਜੀ ਠੀਕ ਹੈ ਨਾ। ਤੇ ਇਹਦੇ ਇਸ ਸਰੀਰ ਨੂੰ ਜਿਹੜਾ ਬਣਾਇਆ, ਇਹ ਮਾਇਆ ਰੂਪੀ ਸਰੀਰ ਹੈ, ਤੇ ਇਹਨੇ ਮਿੱਟੀ ਦੇ ਵਿੱਚ ਹੀ ਰਲ ਜਾਣਾ ਜੀ ਹੈ ਨਾ। ਆ ਪੁੱਛਦਾ ਵੇਅਰ ਇਜ਼ ਦ ਸਿਕਸ ਗੁਰੂਜ਼ ਬਾਣੀ, ਛੇਵੇਂ ਗੁਰੂ ਨੇ ਧੁਨੀਆਂ ਲਿਖੀਆਂ ਨੇ ਉੱਤੇ, ਟੁੰਡੇ ਸਰਾਜੇ ਕੀ ਧੁਨੀ, ਲੱਲੇ ਬੈਲੂਮੇ ਕੀ ਧੁਨੀ, ਖਸਨੇ ਮਹਿਮੇ ਕੀ ਧੁਨੀ, ਐ ਇਹ ਸਾਰੀਆਂ ਧੁਨੀਆਂ ਨੇ, ਇਹ ਛੇਵੇਂ ਗੁਰੂ ਨੇ ਰਚੀਆਂ ਨੇ, ਠੀਕ ਹੈ। ਐਨੀਵੇਜ਼ ਗੁਰਬਾਣੀ ਪੜ੍ਹਨੀ ਹੋਵੇ ਨਾ, ਪੜ੍ਹਨੀ ਨਾ ਹੋਵੇ ਨਾ ਕਿਸੇ ਬੰਦੇ ਨੇ, ਤਾਂ ਉਹ ਟੁੱਚਰਾਂ ਡਾਂਦਾ ਵੇ ਟੁੱਚਰਾਂ। ਜਿਵੇਂ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਬਾਣੀ ਨਹੀਂ ਮੰਨਦੇ, ਉਹਨੂੰ ਕੁੰਜੀ ਨਹੀਂ ਮੰਨਦੇ, ਇਹ ਕੱਲ ਨੂੰ ਇਹ ਕਹਿ ਦੇਣਗੇ ਭਾਈ ਗੁਰਦਾਸ ਜੀ ਹੈ ਹੀ ਨਹੀਂ ਸੀਗੇ, ਇਹ ਵੀ ਕਹਿ ਦਿੰਦੇ ਨੇ, ਜੀ ਜੀ ਹੈ। ਇਸ ਕਰਕੇ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਸਿੱਖਾਂ ਦਾ, ਜਿਹੜੀ ਇਹ ਗੱਲ ਮੰਨਦੇ ਆ। ਭਗਤ ਰਵਿਦਾਸ ਜੀ ਸਾਡੇ ਭਗਤ ਨੇ, ਭਾਈ ਭਗਤ ਭਗਤ ਰਵਿਦਾਸ ਜੀ, ਭਗਤ ਪੀਪਾ ਜੀ, ਭਗਤ ਸੈਣ ਜੀ, ਭਗਤ ਤਰਲੋਚਨ ਜੀ, ਭਗਤ ਬੇਣੀ ਜੀ, ਹੈ ਭਗਤ ਪਰਮਾਨੰਦ ਜੀ ਹੈ ਨਾ ਜੀ, ਤੇ ਭਗਤ ਕਬੀਰ ਜੀ, ਹੈ ਆਪਣਾ ਬਾਬਾ ਫਰੀਦ ਜੀ। ਹੁਣ ਦੇਖੋ ਬਾਬਾ ਫਰੀਦ ਜੀ, ਬਾਬਾ ਫਰੀਦ ਜੀ ਉਹਨਾਂ ਦਾ ਨਾਂ ਹੀ ਬਾਬਾ ਫਰੀਦ ਸੀ। ਜੇ ਦੇਖੋ ਇਹ ਸਾਡੀਆਂ ਲਹਿਰਾਂ ਚੱਲੀਆਂ ਨੇ, ਇੱਕ ਭਗਤੀ ਲਹਿਰ ਚੱਲੀ ਹੈ ਭਾਰਤ ਦੇ ਵਿੱਚ, ਉਪਾਸਨਾ ਵੀ ਇੱਕ ਹੁੰਦੀ ਹੈ ਨਾ, ਭਗਤੀ ਲਹਿਰ ਚੱਲੀ ਹੈ, ਪੂਰੀ ਭਗਤੀ ਲਹਿਰ ਦੇ ਵਿੱਚੋਂ ਆਏ ਭਾਰਤ ਦੀਆਂ ਜਿਹੜੀਆਂ ਲਹਿਰਾਂ ਚੱਲੀਆਂ ਨੇ ਨਾ, ਉਹਦੇ ਵਿੱਚ ਇਹ ਭਗਤੀ ਲਹਿਰ ਚੱਲੀ, ਤੁਸੀਂ ਪੜ੍ਹ ਲਓ ਜਾ ਕੇ, ਠੀਕ ਹੈ ਨਾ। ਉਹ ਲਹਿਰਾਂ ਚੱਲੀਆਂ ਨੇ ਸਾਰੀਆਂ ਭਗਤੀ ਦੀਆਂ, ਤੇ ਉਹ ਭਗਤੀ ਦੀਆਂ ਲਹਿਰਾਂ ਦੇ ਵਿੱਚੋਂ ਦੀ ਇਹ ਭਗਤ ਭਗਤ ਸ਼੍ਰੇਣੀਆਂ ਦੇ ਵਿੱਚੋਂ ਆਏ ਆ ਭਗਤ, ਠੀਕ ਹੈ ਨਾ। ਐਵੇਂ ਇਹ ਸਾਰੇ ਭਗਤ ਜਿਹੜੇ ਨੇ, ਐਵੇਂ ਤਾਂ ਮਤਲਬ ਜੇ ਗੱਲ ਕਰਨੀ ਹੋਵੇ ਤਾਂ ਉਦੋਂ ਵੀ ਹੋਰ ਵੀ ਬਹੁਤ ਸੂਫੀ ਫਕੀਰ ਸੀਗੇ, ਪਰ ਜਿਹੜੀ ਜਿਹਦੀ ਬਾਣੀ ਬ੍ਰਹਮ ਦੀ ਗੱਲ ਕਰਦੀ ਹੈ, ਉਸ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਇਹਦੇ ਵਿੱਚ, ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਇੱਕ ਦੀ ਗੱਲ ਕਰਦੀ, ਇੱਕ ਬ੍ਰਹਮ ਦੀ ਗੱਲ ਕਰਦੀ ਉਹਦੀ ਥਾਂ। ਇਸ ਕਰਕੇ ਬਾਣੀ ਗੁਰੂ ਹੈ, ਪਰ ਜਿਹੜੀ ਮਾਇਆ ਰੂਪ ਦੇ ਵਿੱਚ ਉਹ ਆਏ ਹੈ, ਜਿਸ ਮਾਇਆ ਰੂਪ ਦੇ ਵਿੱਚ ਉਹ ਵਿਚਰੇ ਹੈ ਸੰਸਾਰ ਦੇ ਵਿੱਚ, ਗੱਲ ਤਾਂ ਉਹ ਕਰਨੀ ਪੈਣੀ ਹੈ ਨਾ, ਵੀ ਇਹ ਮਾਇਆ ਭਗਤ ਰੂਪ ਦੇ ਵਿੱਚ ਵਿਚਰੇ ਹੈ, ਇਹ ਗੁਰੂ ਰੂਪ ਚ ਵਿਚਰੇ ਹੈ, ਇਹ ਸਿੱਖ। ਹੁਣ ਭੱਟਾਂ ਨੂੰ ਅਸੀਂ ਭਗਤ ਭੱਟਾਂ ਨੂੰ ਜੇ ਅਸੀਂ ਭੱਟਾਂ ਭੱਟ ਸਾਹਿਬਾਨ ਦੀ ਬਾਣੀ ਹੈ ਉਹਨੂੰ ਆਪਾਂ ਕਵਾਂਗੇ ਵੀ ਇਹ ਗੁਰੂ ਭੱਟ, ਗੁਰੂ ਸੱਲ ਜੀ, ਗੁਰੂ ਇਹ ਥੋੜਾ ਕਹਾਂਗੇ ਆਪਾਂ, ਵੀ ਭੱਟਾਂ ਦੀ ਬਾਣੀ ਗੁਰੂ ਹੈ, ਗੁਰਬਾਣੀ ਦੇ ਤੁਲ ਹੈ ਜੀ, ਗੁਰਬਾਣੀ ਸਾਰਾ ਗੁਰੂ ਗ੍ਰੰਥ ਸਾਹਿਬ ਗੁਰੂ ਬਾਣੀ ਜਿਹੜੀ ਹੈ ਉਹ ਹੈ, ਪਰ ਭੱਟ ਸਾਹਿਬਾਨ ਨੂੰ ਤੇ ਭੱਟ ਸਾਹਿਬਾਨ ਨਹੀਂ ਕਵਾਂਗੇ ਨਾ। ਏਦਾਂ ਹੀ ਹੈ ਜੀ, ਜਿਵੇਂ ਰਾਮਕਲੀ ਦੀ ਵਾਰ ਦੇ ਵਿੱਚ ਰਾਮਕਲੀ ਸੱਦ ਹੈ, ਠੀਕ ਹੈ ਜੀ, ਉਹ ਸੁੰਦਰ ਜੀ ਦੀ ਬਾਣੀ ਹੈ। ਹੁਣ ਉਹਨਾਂ ਨੇ ਰਾਮਕਲੀ ਦੀ ਵਾਰ ਉੱਤੇ ਮਹੱਲਾ ਥੋੜਾ ਲਿਖਿਆ, ਹਾਂਜੀ ਉੱਤੇ ਮਹੱਲਾ ਥੋੜਾ ਲਿਖਿਆ, ਉੱਤੇ ਰਾਮਕਲੀ ਸੱਦ ਲਿਖਿਆ, ਰਾਮਕਲੀ ਸੱਦ, ਰਾਮਕਲੀ ਰਾਗ ਹੈ ਤੇ ਸੱਦ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਜਾਣ ਦਾ ਇਹ ਵਿਰਵਾ ਜਦੋਂ ਸੰਸਾਰ ਤੋਂ ਗਏ ਹੈ, ਤੇ ਉਹ ਰਾਮਕਲੀ ਸੱਦ ਹੈ, 900 ਤੇ ਮੇਰੇ ਖਿਆਲ ਨਾਲ 24-25 ਅੰਗ ਦੇ ਉੱਤੇ ਦਰਜ ਹੈ, 26-26 ਅੰਗ ਦੇ ਉੱਤੇ। ਇਸ ਕਰਕੇ ਜੋ ਉੱਥੇ ਗੁਰੂ ਸਾਹਿਬ ਨੇ ਲਿਖ ਦਿੱਤਾ ਏ, ਅੱਛਾ ਇਹ ਹੁਣ ਇੱਕ ਗੱਲ ਕੀਤੀ ਹੈ ਇਸੇ ਬੰਦੇ ਨੇ, ਕਹਿੰਦਾ ਵੀ ਭਾਈ ਗੁਰਦਾਸ ਜੀ ਦੀ 1750 ਤੋਂ ਪਹਿਲਾਂ ਦੀ ਪੋਥੀ ਨੀ ਮੌਜੂਦ ਹੈਗੀ, ਤੇ ਤੈਨੂੰ ਪੋਥੀ ਤੋਂ ਕੀ ਲੈਣਾ ਤੂੰ ਦੱਸ ਭਾਈ ਗੁਰਦਾਸ ਜੀ ਦੀ, ਭਾਈ ਗੁਰਦਾਸ ਜੀ ਦੀ ਬਾਣੀ ਹੈ ਵੇ, ਭਾਈ ਗੁਰਦਾਸ ਜੀ ਬਾਣੀ ਹੈ ਵੇ, ਪੋਥੀਆਂ ਪੋਥੀਆਂ ਤੋਂ ਤੁਸੀਂ ਪੜ੍ਹਨੀਆਂ ਪੜ੍ਹ ਲਓ, ਨਹੀਂ ਪੜ੍ਹਨੀਆਂ ਨਾ ਪੜ੍ਹੋ, ਤੁਸੀਂ ਵਿੱਚ ਟੁੱਚਰਾਂ ਨਾ ਡਾਓ, ਜੇ ਤੁਸੀਂ ਨਹੀਂ ਮੰਨਣਾ ਗੁਰੂ ਨੂੰ ਨਾ ਹੀ ਮੰਨੋ, ਪਰਾਂ ਜਾਓ, ਤੁਹਾਨੂੰ ਕੋਈ ਲੋੜ ਨੀ ਇੱਥੇ ਕੋਈ। ਇਹ ਬਾਬਾ ਜਿਹੜੇ ਕਹਿੰਦੇ ਨੇ ਇਹਨਾਂ ਚ ਕੋਈ ਸ਼ਰਧਾ ਭਾਵਨਾ ਨਾ ਗੁਰੂ ਪ੍ਰਤੀ ਆ ਨਾ ਭਗਤ ਰਵਿਦਾਸ ਪ੍ਰਤੀ, ਇਹ ਇੱਕ ਪੋਲਿਟਿਕਸ ਆ, ਇਹ ਸਮਝਣ ਦੀ ਲੋੜ ਆ। ਹਾਂਜੀ, ਇਹ
ਇਹ ਗੱਲ ਹੋ ਰਿਹਾ ਉਹਨੂੰ ਤੋੜ ਮਰੋੜ ਕੇ ਹੋਰ ਤਰ੍ਹਾਂ ਪੇਸ਼ ਕੀਤਾ ਜਾ ਰਿਹਾ। ਬਿਲਕੁਲ ਬਿਲਕੁਲ, ਜੇ ਇਹ ਪੋਲਿਟਿਕਸ, ਨਿਰੀ ਪੋਲਿਟਿਕਸ, ਨਿਰੀ ਪੋਲਿਟਿਕਸ, ਸਿੱਧੀ ਇਹਨਾਂ ਨੂੰ ਪੋਲਿਟਿਕਸ। ਪੁੱਛਿਆ ਜਾਵੇ ਜੇ ਮੰਨ ਲਓ ਅੱਜ ਭਗਤ ਰਵਿਦਾਸ ਜੀ ਹੁੰਦੇ ਤੇ ਕੀ ਉਹ ਇਸ ਗੱਲ ਨੂੰ ਮੰਨ ਲੈਂਦੇ ਵੀ ਗੁਰੂ ਦੀ ਹਜ਼ੂਰੀ ਵਿੱਚ ਤੁਸੀਂ ਇੱਕ ਸਿੰਘ ਨੂੰ ਜਿਹੜਾ ਗੁਰਬਾਣੀ ਸੁਣਾ ਰਿਹਾ ਬਜ਼ੁਰਗ ਹੋਵੇ ਉਹਨੂੰ ਦੀ ਗਾਲਾਂ ਅੱਛਾ, ਕਿਉਂ ਕੁੱਟੋ? ਉਸ ਬੰਦੇ ਨੇ ਕੀ ਕੀਤਾ ਏ, ਉਸ ਬੰਦੇ ਨੇ ਗੁਰਬਾਣੀ ਪੜ੍ਹੀ ਏ ਤੇ ਉਹਨੇ ਆ ਜੀ ਸ਼ਬਦ ਪੜ੍ਹੇ ਆ, ਭਗਤ ਕਹਿ ਰਵਿਦਾਸ ਹੈਨਾ, ਜੀ ਭਗਤ ਭਗਤ ਜਗ ਵੱਜਿਆ, ਉਹਨੇ ਸ਼ਬਦ ਪੜ੍ਹਿਆ। ਹੁਣ ਉੱਥੇ ਉਹ ਕੀ ਕਹੇ, ਗੁਰੂ ਗੁਰੂ ਜਗ ਵੱਜਿਆ, ਜੀ ਜੀ ਉੱਥੇ ਭਗਤ ਜਿਹਨੇ ਜਦੋਂ ਆਪਣੇ ਆਪ ਨੂੰ ਭਗਤ ਕਿਹਾ ਹੈ ਤੇ ਫਿਰ ਉਹ ਭਗਤ ਨੂੰ ਗੁਰਬਾਣੀ ਪਲਟ ਕੇ, ਇੱਕ ਤੁੱਕ ਗੁਰਬਾਣੀ ਦੀ ਕਿਵੇਂ ਪਲਟ ਸਕਦਾ ਉਸੇ? ਜੀ ਉੱਥੇ ਜਦੋਂ ਲਿਖਿਆ ਹੀ ਭਗਤ ਰਵਿਦਾਸ ਹੈ ਤਾਂ ਉਹ ਗੁਰੂ ਕਿਵੇਂ ਪੜ੍ਹੇ ਉਹਨੂੰ? ਜੀ 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 ਵੈਸੇ ਮੈਂ ਤੁਹਾਨੂੰ ਇਹ ਗੱਲ ਸਪਸ਼ਟ ਕਰਦਾ ਵਾਂ ਵੀ ਗੁਰਬਾਣੀ ਗੁਰੂ ਹੈ ਸਾਰੀ ਦੀ ਸਾਰੀ, ਪਰ ਜਿਸ ਮਾਇਆ ਰੂਪ ਦੇ ਵਿੱਚ ਉਹ ਵਿਚਰੇ ਹੈ, ਉਹ ਮਾਇਆ ਰੂਪ ਜੋ ਉਹਨਾਂ ਦਾ ਵਿਚਰਨ ਦਾ ਮਾਇਆ ਰੂਪ ਹੈਗਾ ਸੀ ਉਹਨੂੰ ਉਸੇ ਤਰ੍ਹਾਂ ਡਿਸਕ੍ਰਾਈਬ ਕਰਨਾ ਪਏਗਾ। ਅੰਦਰ ਅਰਦਾਸ ਕਿੱਥੇ ਲਿਖੀ ਹੈ? ਉਹ ਜੋ ਇਹ ਮੂਰਖ ਨੇ ਇਹਨਾਂ ਨੂੰ ਸਵਾ, ਇਹ ਧਰਮ ਦੇ ਚੇਲੇ ਨੇ। ਕਈ ਬੰਦੇ ਕਹਿੰਦੇ ਨੇ ਹਾਂ ਵੀ ਮੈਂ ਆਂਦੇ ਵੀ ਗੁਰੂ ਮਹਾਰਾਜ ਆਪਣੇ ਨੂੰ ਦਾਸ ਦੱਸਦੇ ਨੇ ਤੇ ਉਹ ਤੇ ਉਹ ਇੱਕ ਮਾਣ ਸਤਿਕਾਰ ਦੇ, ਹੋਰ ਇਹ ਥੋੜਾ ਕਹਿਣਗੇ ਵੀ ਮੈਂ ਰੱਬ ਹਾਂ। ਨਹੀਂ ਵੇਖੋ, ਜਿੰਨੇ ਵੀ ਜਿੰਨੇ ਵੀ ਜਿੰਨੇ ਵੀ ਮਹਾਪੁਰਸ਼ ਹੋਏ ਨੇ ਨਾ, ਉਹ ਆਪਣੇ ਆਪ ਨੂੰ ਨੀਵਿਆਂ ਤੋਂ ਹੀ ਲਿਖਦੇ ਆ, ਆਪਣੇ ਆਪ ਨੂੰ ਚਰਨਾਂ ਦੀ ਧੂੜ ਹੀ ਲਿਖਦੇ ਆ, ਹੈਨਾ, ਸਹੀ ਗੱਲ ਹੈ, ਸੰਗਤ ਦੀ ਚਰਨਾਂ ਦੀ ਧੂੜ ਹੀ ਲਿਖਦੇ ਨੀ, ਉਹ ਮੰਨਦੇ, ਉਹ ਇਸ ਤਰ੍ਹਾਂ ਮੰਨਦੇ ਆ ਤਾਂ ਹੀ ਉਹ ਮਹਾਪੁਰਖ ਨੇ, ਤਾਂ ਮਹਾਪੁਰਖ ਨੇ। ਜੇ ਲਿਖਦੇ ਵੀ ਵੇਖਣਾ ਤੇ ਭਗਵਾਨ ਕ੍ਰਿਸ਼ਨ ਨੂੰ ਲਿਖ ਦੋ, ਉਹਨਾਂ ਨੇ ਤੇ ਮਹਾਭਾਰਤ ਦੇ ਯੁੱਧ ਚ ਫਿਰ ਲਲਕਾਰ ਕੇ ਕਿਹਾ ਸੀ ਵੀ ਹਾਂ ਹਮੀ ਬ੍ਰਹਮ ਹੈ। ਹਾਂ ਜੇ ਫਿਰ ਲਿਖਣ ਏਦਾਂ ਨੀ, ਹੁਣ ਜੇ ਕੋਈ ਮਹਾਂਪੁਰਖ ਹੈ ਉਹ ਅਸੀਂ ਉਹਨਾਂ ਨੂੰ ਕਹਿੰਦੇ ਮਹਾਂਪੁਰਖ ਨੇ, ਉਹ ਥੋੜਾ ਕਹਿੰਦੇ ਨੇ, ਉਹ ਕਹਿੰਦੇ ਤੁਹਾਡੇ ਵਰਗੇ ਹੀ ਆ, ਤੁਹਾਡੇ ਭਰਾ ਹੀ ਸਿੱਖ ਆ ਗੁਰੂ ਦੇ। ਉਹ ਨਹੀਂ, ਹੁਣ ਦੇਖੋ ਜਿੱਥੇ ਗੁਰੂ ਨੇ, ਜਿੱਥੇ ਗੁਰੂ ਨੇ ਸਿੱਖ ਨੂੰ ਸਮਝਾਉਣ ਵਾਸਤੇ ਸਿੱਖ ਬਣਨਾ ਪਿਆ ਉੱਥੇ ਗੁਰੂ ਸਾਹਿਬ ਸਿੱਖ ਵੀ ਬਣੇ ਆ, ਜਿੱਥੇ ਉਸਨਾਂ ਨੂੰ ਭਰਾਤਾ ਬਣ ਕੇ ਭਰਾ ਬਣ ਕੇ ਕਿਤੇ ਕਿਤੇ ਵਿਚਰੇ ਆ। ਇੱਕ ਗੱਲ ਇਹ ਹੁੰਦੀ ਹੈ ਵੀ ਗੁਰੂ ਨੂੰ ਜਿਸ ਤਰ੍ਹਾਂ ਤੁਸੀਂ ਚਿੱਤਰਦੇ ਹੋ, ਜਿਵੇਂ ਫੋਰ ਐਗਜ਼ਾਮਪਲ ਆਪਾਂ ਉੱਥੇ ਜਾਂਦੇ ਹਾਂ ਪਟਨਾ ਸਾਹਿਬ ਜਾਂਦੇ ਹਾਂ, ਉੱਥੇ ਪਟਨਾ ਸਾਹਿਬ ਜਾਂਦੇ ਹਾਂ ਤੇ ਉੱਥੇ ਆਪਣਾ ਵਾਹਿਗੁਰੂ ਗਊਘਾਟ ਗੁਰਦੁਆਰਾ ਸਾਹਿਬ ਹੈ ਜੀ, ਜਿੱਥੇ ਗੁਰੂ ਸਾਹਿਬ ਭਗਵਾਨ ਰਾਮ ਚੰਦਰ ਜੀ ਦੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਆ ਪੰਡਿਤ ਜੀ ਨੂੰ, ਠੀਕ ਹੈ ਨਾ, ਗਊਘਾਟ ਗੁਰਦੁਆਰਾ ਸਾਹਿਬ ਹੈ, ਉੱਥੇ ਗੁਰੂ ਸਾਹਿਬ ਨੇ ਭਗਵਾਨ ਰਾਮ ਚੰਦਰ ਦਾ ਰੂਪ ਬਣ ਕੇ ਦਰਸ਼ਨ ਦਿੱਤਾ, ਠੀਕ ਹੈ ਨਾ, ਇਸ ਕਰਕੇ ਉਹ ਜਿਹੜਾ ਰੂਪ ਹੈ ਉਹ ਭਗਵਾਨ ਰਾਮ ਚੰਦਰ ਦਾ ਰੂਪ ਬਣ ਕੇ ਦਰਸ਼ਨ ਦਿੱਤਾ। ਜਿਸ ਤਰ੍ਹਾਂ ਦੀ ਸਿੱਖ ਦੀ ਭਾਵਨਾ ਹੈ, ਹਾਂਜੀ ਠੀਕ ਹੈ ਨਾ, ਜਿਸ ਤਰ੍ਹਾਂ ਸਿੱਖ ਦੀ ਭਾਵਨਾ ਹੈ ਉਸ ਤਰ੍ਹਾਂ ਹੀ ਗੁਰੂ ਦਰਸ਼ਨ ਦਿੰਦਾ। ਜੇ ਮੇਰੀ ਭਾਵਨਾ ਹੈ ਵੀ ਕਲਗੀਧਰ ਪਿਤਾ ਜੀ ਮੈਂ ਤੁਹਾਡੇ ਦਰਸ਼ਨ ਕਰਨੇ ਨੇ, ਕਾਬ ਜੀ ਨੀਲੇ ਘੋੜੇ ਤੇ ਬੈਠੇ ਹੋਵੋ ਤੇ ਮੇਰੀ ਭਾਵਨਾ ਪਹੁੰਚ ਜਾਵੇ ਉੱਥੇ ਤੱਕ, ਮੇਰੀ ਭਾਵਨਾ ਗੁਰੂ ਸੁਣ ਲਵੇ, ਤਾਂ ਉਹ ਉਸੇ ਰੂਪ ਚ ਦਰਸ਼ਨ ਦੇਣਗੇ ਮੈਨੂੰ। ਕਿਸੇ ਦੀ ਭਾਵਨਾ ਹੈ ਵੀ ਗੁਰੂ ਸਾਹਿਬ ਮੈਂ ਆਪ ਜੀ ਦੇ ਦਰਸ਼ਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਦਾਸੀ ਰੂਪ ਚ ਕਰਨੇ, ਤਾਂ ਮਹਾਰਾਜ ਜੀ ਉਸ ਰੂਪ ਚ। ਕਿਸੇ ਦੀ ਭਾਵਨਾ ਹੈ ਕਿ ਮਹਾਰਾਜ ਜੀ ਮੈਂ ਆਪ ਜੀ, ਜਿਵੇਂ ਰਾਣੀ ਮੈਣੀ ਦੀ ਭਾਵਨਾ ਸੀਗੀ, ਜਿਵੇਂ ਰਾਜਾ ਜੈ ਸਿੰਘ ਦੀ ਇਸਤਰੀ ਦੀ ਜਿਹੜੀ ਘਰ ਵਾਲੀ ਸੀ ਉਹ ਦਿੱਲੀ, ਉਹਦੀ ਭਾਵਨਾ ਸੀਗੀ ਬਾਲ ਰੂਪ ਚ ਕ੍ਰਿਸ਼ਨ ਭਗਵਾਨ ਹੋ ਕੇ ਦਰਸ਼ਨ ਦੇਣ, ਬਾਲ ਰੂਪ ਦਰਸ਼ਨ ਉਵੇਂ ਦਰਸ਼ਨ ਦਿੱਤੇ ਸਤਿਗੁਰੂ ਨੇ। ਇਸ ਕਰਕੇ ਉਹ ਭਾਵਨਾ ਤੇ ਹੁੰਦਾ ਏ, ਇਹ ਹੁੰਦਾ ਏ ਵੀ ਗੋਬਿੰਦ ਭਾਉ ਭਗਤ ਕਾ ਭੁੱਖਾ, ਭਾਉ ਭਗਤ ਕਾ ਭੁੱਖਾ, ਉਹ ਸਤਿਗੁਰੂ ਸੱਚੇ ਪਾਤਸ਼ਾਹ ਉਹਦੀ ਭਾਵਨਾ ਦਾ ਭੁੱਖਾ, ਠੀਕ ਹੈ। ਜਿਵੇਂ ਕਿ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ,
ਜੀ ਹੈ, ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਉਹ ਭਗਤ ਨਾਮਦੇਵ ਜੀ ਨਾ ਵ੍ਰਿੰਦਾਵਨ ਜਾਂਦੇ ਆ, ਜੀ ਤੇ ਵ੍ਰਿੰਦਾਵਨ ਜਾਂਦੇ ਆ ਭਗਤ ਨਾਮਦੇਵ ਜੀ, ਤੇ ਵ੍ਰਿੰਦਾਵਨ ਜਾ ਕੇ ਜੰਗਲ ਦੇ ਟੋਟੇ ਨੂੰ ਮੱਥਾ ਟੇਕਣ ਲੱਗ ਜਾਂਦੇ। ਤਾਂ ਉਹ ਕੋਈ ਕਹਿੰਦਾ ਵੀ ਭਗਤ ਜੀ ਵੀ ਇਹ ਕੀ ਗੱਲ ਵੀ ਤੁਸੀਂ ਧਰਤੀ ਨੂੰ ਮੱਥਾ ਟੇਕੀ ਜਾਂਦੇ ਹੋ। ਭਗਤ ਨਾਮਦੇਵ ਜੀ ਕਹਿੰਦੇ ਧੰਨ ਧੰਨ ਬਨਖੰਡ ਵ੍ਰਿੰਦਾਵਨ ਜੈ ਖੇਲਾ ਸ੍ਰੀ ਨਾਰਾਇਣ, ਵੀ ਧਾਨੀ ਹੈ ਇਹ ਜੰਗਲ ਦਾ, ਇਹ ਜੰਗਲ ਜਿੱਥੇ ਮੇਰੇ ਪਰਮੇਸ਼ਰ ਸ੍ਰੀ ਕ੍ਰਿਸ਼ਨ ਜੀ ਖੇਡੇ ਆ। ਧੰਨ ਧੰਨ ਮੇਘਾ ਰੋਮਾਵਲੀ, ਤਾਂ ਉਹ ਫਿਰ ਭਗਤ ਭੇਡ ਉਹਦੀ ਭੇਡ ਦੇ ਪੈਰ ਨੂੰ ਮੱਥਾ ਟੇਕਣ ਲੱਗ, ਕਹਿੰਦੇ ਧੰਨ ਧੰਨ ਮੇਘਾ ਰੋਮਾਵਲੀ ਜੇ ਖੇਲੇ ਕ੍ਰਿਸ਼ਨ ਕੰਮ ਜੇ ਓਡੇ ਕ੍ਰਿਸ਼ਨ ਕੰਬਲੀ, ਇਸ ਭੇਡ ਦੀ ਨੂੰ ਮੈਂ ਧੰਨ ਕਰਦਾ ਵਾ ਵੀ ਜਿਹੜੀ ਜਿਹਦੀ ਉੱਨ ਦੇ ਕੱਪੜੇ ਮੇਰੇ ਕ੍ਰਿਸ਼ਨ ਜੀ ਪਾਉਂਦੇ ਰਹੇ ਆ। ਧੰਨ ਧੰਨ ਤੂੰ ਮਾਤਾ ਦੇਵਕੀ ਜੇ ਰਵਈਆ ਕਮਲਾਪਤੀ, ਜੇ ਰਵਈਆ ਕਮਲਾਪਤੀ, ਧੰਨ ਧੰਨ ਮਾਤਾ ਜੀ ਦੇਵਕੀ ਤੇਰੇ ਘਰ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਨੇ ਜਨਮ ਲਿਆ। ਇਹ ਭਗਤ ਨਾਮਦੇਵ ਜੀ ਦੀ ਬਾਣੀ ਆ, ਠੀਕ ਹੈ ਨਾ। ਇਸ ਕਰਕੇ ਗੁਰਬਾਣੀ ਦੇ ਵਿੱਚ ਨੀ, ਹੁਣ ਭੱਟ ਭੱਟ ਸਾਹਿਬਾਨਾਂ ਦੇ ਸਵਈਆ ਨੇ, ਤੁਸੀਂ ਹੋਰ ਛੱਡੋ, ਰਾਮਕਲੀ ਸਾਧ ਹੈ ਨਾ, ਰਾਮਕਲੀ ਸਾਧ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ, ਇਹ ਕਹਿੰਦਾ ਨਾ ਬਹੁਤ ਚਿਰ ਪਹਿਲਾਂ ਵੀ ਹੋਇਆ ਸੀਗਾ, ਵਿੱਚੋਂ ਭੱਟਾਂ ਦੇ ਸਵਈਏ ਕੱਢ ਦੇਣੇ ਨੇ, ਭਸੌੜੀਏ ਜਿਹੜੇ ਅੱਜ ਕੱਲ੍ਹ ਏਕੇ ਜੇ ਵਾਲੇ ਨੇ ਜੀ ਜੀ ਅਖੰਡ ਜਥੇ ਵਾਲੇ, ਉਹ ਕਹਿੰਦੇ ਸੀ ਵੀ ਵਿੱਚੋਂ ਦੀ ਭੱਟਾਂ ਦੇ ਸਵਈਏ ਕੱਢ ਦਿੱਤਾ, ਉਹਨੇ ਕੱਢ ਦਿੱਤਾ ਸੀ ਜਦੋਂ ਰਾਗਮਾਲਾ ਕੱਢੀ ਸੀ ਤੇਜਾ ਸਿੰਘ ਭਸੌੜੀਏ ਨੇ ਜੀ ਜੀ, ਫਿਰ ਉਸ ਤੋਂ ਬਾਅਦ ਉਹ ਕਹਿੰਦਾ ਸੀ ਵੀ ਮੈਂ ਭੱਟਾਂ ਦੇ ਸਵਈਏ ਕੱਢ ਦੇਣੇ, ਕਿਉਂ ਭੱਟਾਂ ਦੇ ਸਵਈਏ ਪਤਾ ਹੀ ਕਹਿੰਦੇ ਨੇ, ਸਤਜੁਗ ਤੈ ਮਾਣਿਓ ਛਲਿਓ ਬਲ ਬਾਮਣ ਪਾਇਓ, ਸਤਜੁਗ ਵੀ ਤੂੰ ਹੀ ਸੈ ਜਿਹਨੇ ਬਲਰਾਜ ਨੂੰ ਛਲਿਆ ਬਾਮਣ ਬਣ ਕੇ, ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ, ਤ੍ਰੇਤੇ ਵੀ ਤੂੰ ਹੀ ਸੈ ਰਘੁਵੰਸ਼ੀ ਰਾਜਾ ਰਾਮ ਬਣ ਕੇ ਆਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰ ਕੀਓ, ਦੁਆਪਰ ਵੀ ਤੂੰ ਹੀ ਸੈਂ ਕ੍ਰਿਸ਼ਨ ਭਗਵਾਨ ਮੁਰਾਰੀ ਬਣ ਕੇ ਆਇਓ, ਜਿਹਨੇ ਕੰਸ ਨੂੰ ਕਰਤਾਰਥ ਕੀਤਾ, ਮਾਰਿਆ ਨੀ ਲਿਖਿਆ ਕਰਤਾਰਥ ਕੀਤਾ, ਵੇਖੋ ਇੱਥੇ ਕਿਉਂ ਭਗਵਾਨ ਦੇ ਹੱਥੋਂ ਮਰਨਾ ਵੀ ਬੜੀ ਵੱਡੀ ਖੇਡ ਹੈ। ਕੰਸ ਕਰਤਾਰਥ ਕੀਓ ਉਗਰਸੈਨ ਕੋ ਰਾਜ ਅਭੈ ਭਗਤ, ਜਿਹਨੂੰ ਰਾਜੇ ਉਗਰਸੈਨ ਨੂੰ ਰਾਜ ਦਿੱਤਾ, ਤੂੰ ਭਗਤ ਸੀਗਾ ਉਗਰਸੈਨ, ਉਗਰਸੈਨ ਜੀ ਭਗਤ ਸਨ, ਹੁਣ ਉੱਥੇ ਲਿਖਿਆ ਉਹ ਅਬ ਉਗਰਸੈਨ ਕੋ ਰਾਜ ਅਭੈ ਭਗਤ ਹੈ ਜਨ ਦਿਓ। ਫਿਰ ਅੱਗੇ ਕਰਦੇ ਕਲਯੁਗ ਪ੍ਰਮਾਣ, ਕਲਯੁਗ ਦੇ ਵਿੱਚ ਪ੍ਰਮਾਣ ਦਿੱਤਾ ਸਤਿਗੁਰੂ ਜੀ ਤੁਸੀਂ ਆ ਕੇ, ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ, ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ ਜੀ, ਸ੍ਰੀ ਗੁਰੂ ਰਾਜ ਜੀ ਤੁਹਾਡਾ ਅਬਚਲ ਅਟਲ ਰਾਜ ਹੈ, ਕਲ ਗੁਰੂ ਨਾਨਕ ਦੇਵ ਮਹਾਰਾਜ ਜੀ ਆਦਿ ਪੁਰਖ ਫੁਰਮਾਇਓ, ਸੱਚੇ ਪਾਤਸ਼ਾਹ ਨੇ ਤੁਹਾਨੂੰ ਕਹਿ ਕੇ ਭੇਜਿਆ ਵੀ ਤੁਹਾਡਾ ਰਾਜ ਅਬਚਲ ਅਟਲ ਹੈ ਜੀ, ਹੈ ਸਾਥੇ। ਇਸ ਕਰਕੇ ਇਹ ਭੱਟਾਂ ਸਾਹਿਬ ਭੱਟ ਸਾਹਿਬਾਨਾਂ ਦੇ ਸਵਈਏ ਨੇ, ਹੁਣ ਭੱਟ ਸਾਹਿਬ ਦੇ ਸਵਈਏ, ਭੱਟ ਸਾਹਿਬਾਨ ਦੇ ਸਵਈਏ ਦੇ ਵਿੱਚ ਇਹ ਸਵਈਆ ਹੁੰਦਾ ਏ, ਕਵਲ ਨੈਣ ਮਦਰ ਬੈਨ ਕੋਟ ਸੈਨ ਸੰਗ ਸੋਭ, ਕਹਿਤ ਮਾ ਜਸੋਦ ਜਿਸੇ ਦਹੀ ਪਾਤ ਖਾਏ ਜੀ, ਵਾਹਿਗੁਰੂ 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 ਵਾਹਿ ਜੀ, ਏਕ ਰੂਪ ਆਤ ਅਨੂਪ ਮੋਹ ਮਹਾ ਮਗ ਪਈ, ਕਿੰਕਨੀ ਸ਼ਬਦ ਚਮਤਕਾਰ ਖੇਲ ਖਾਏ ਜੀ, ਵਾਹਿਗੁਰੂ 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 ਵਾਹਿ ਜੀ, ਕਾਲ ਕਲਮ ਹੁਕਮ ਹਾਤ ਕਹੋ ਕੌਣ ਮੇਟ ਸਕੈ, ਈਸ ਬੰਮ ਗਿਆਨ ਧਿਆਨ ਧਰਤ ਹੀ ਹੈ ਚਾਹੇ ਜੀ, ਵਾਹਿਗੁਰੂ 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 ਵਾਹਿ ਜੀ, ਪੜ੍ਹ ਲਿਓ ਸਵਈਆ ਜਾ ਕੇ ਜੀ। ਉਹ ਮੇਰੇ ਕੋਲ ਸਮਾਂ ਨੀ ਹੈਗਾ, ਮੇਰਾ ਕੰਮ ਦਾ ਟਾਈਮ ਹੋ ਗਿਆ, ਤੇ ਇਸ ਕਰਕੇ ਭਗਤਾਂ ਦੇ ਆਪਣੇ ਆਪ ਨੂੰ ਪਹਿਲੀ ਗੱਲ ਦੇ ਵਿੱਚ ਬਾਣੀ ਚ ਹੁੰਦਾ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਸਹੀ ਗੱਲ ਹੈ, ਭਗਤ ਨੇ ਤੇ ਸੰਸਾਰੀ ਨੇ ਉਹਨਾਂ ਦੇ ਵਿੱਚ ਕਦੀ ਮੇਲ ਨੀ ਆਉਣਾ। ਦੂਜੀ ਗੱਲ ਜਿਹੜੇ ਗੱਲ ਚਮਤਕਾਰ ਕਰਦੇ ਨੇ ਭਗਤ ਸਾਹਿਬਾਨ ਦੀ ਬਾਣੀ ਹੈ, ਪਰਮੇਸ਼ਰ ਕੀ ਕਰ ਸਕਦਾ, ਭਗਤ ਸਾਹਿਬ ਆਪਣੇ ਨੂੰ ਕਦੀ ਗੁਰੂ ਦੀ ਉਪਾਧੀ ਦਿੰਦੇ ਨੇ, ਕਹਿੰਦੇ ਆ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ,
ਧਰਤੀ ਤੇ ਅਸਮਾਨ ਚੜਾਵੇ, ਚੜੇ ਅਸਮਾਨ ਗਿਰਾਵੇ। ਦੇਖਾ ਕਹਿੰਦੇ ਵੀ ਜਲ ਜਿੱਥੇ ਥਲ ਕਰ, ਜਿੱਥੇ ਜਲ ਹੈ ਨਾ, ਜਿੱਥੇ ਸਮੁੰਦਰ ਹੈ ਉੱਥੇ ਉਹਨੂੰ ਜ਼ਮੀਨ ਬਣਾ ਸਕਦਾ ਪਰਮੇਸ਼ਰ। ਥਲ ਤੇ ਕੂਆ, ਜਿੱਥੇ ਜ਼ਮੀਨ ਹੈ ਉਹਨੂੰ ਖੂਹ ਬਣਾ ਸਕਦਾ। ਖੂਬ ਦੇ ਮੇਰ ਚੜਾਵੇ, ਜਿਹੜਾ ਖੂਹ ਹੈ ਉਹ ਅਸਮਾਨ ਤੇ ਚੜ, ਉਹਦੇ ਉੱਤੇ ਚਾੜ ਸਕਦਾ ਪਹਾੜ ਤੇ। ਧਰਤੀ ਤੇ ਅਸਮਾਨ ਚੜਾਵੇ, ਧਰਤੀ ਨੂੰ ਅਸਮਾਨ ਤੇ ਚੜਾ ਸਕਦਾ, ਚੜੇ ਅਸਮਾਨ ਗਿਰਾਵੇ। ਫਿਰ ਅਸਮਾਨ ਚੜ ਜਾਏ ਉਹਨੂੰ ਪਟੱਕੇ ਥੱਲੇ ਮਾਰ ਸਕਦਾ, ਚੜੇ ਅਸਮਾਨ ਗਿਰਾਵੇ। ਫਿਰ ਕਹਿੰਦੇ ਭਿਖਾਰੀ ਤੇ ਰਾਜ ਕਰਾਵੇ, ਭਿਖਾਰੀ ਤੋਂ ਰਾਜਾ ਬਣਾ ਸਕਦਾ, ਰਾਜੇ ਤੇ ਭਿਖਾਰੀ, ਰਾਜੇ ਨੂੰ ਭਿਖਾਰੀ ਬਣਾ ਸਕਦਾ। ਖਲ ਮੂਰਖ ਤੇ ਪੰਡਿਤ ਕਰਬੋ, ਜਿਹੜਾ ਖਲ ਹੈ ਮੂਰਖ ਵਰਗਾ ਹੈ ਉਹਨੂੰ ਪੰਡਿਤ ਬਣਾ ਸਕਦਾ, ਪੰਡਿਤ ਤੇ ਮੁਖਧਾਰੀ, ਪੰਡਿਤ ਨੂੰ ਮੁਖਧਾਰੀ ਬਣਾ, ਪੰਡਿਤ ਨੂੰ ਮੂਰਖ ਬਣਾ ਸਕਦਾ। ਫਿਰ ਕਹਿੰਦਾ ਭਿਖਾਰੀ ਤੇ, ਫਿਰ ਪੁਰਖਣ ਤੇ ਜੋ ਨਾਰ ਕਰਾਵੇ, ਨਾਰਨ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ, ਇਸਤਰੀ ਨੂੰ ਪੁਰਖ ਬਣਾ ਸਕਦਾ, ਪੁਰਖ ਨੂੰ ਇਸਤਰੀ ਬਣਾ ਸਕਦਾ, ਇਹ ਪਰਮੇਸ਼ਰ ਕਰ ਸਕਦਾ। ਇਹ ਭਗਤ ਸਾਹਿਬ ਦੀ ਬਾਣੀ ਜੀ ਖਾਲਸਾ, ਜਰੂਰ ਸੇਵ ਕਰਾਂਗੇ, ਸ਼ੇਅਰ ਵੀ ਕਰ ਦਾਂਗੇ ਮਾਰੇ। ਹਾਂ, ਇਹ ਕਰਕੇ ਅਸੀਂ ਤੇ ਇਸ ਚੱਕਰ ਚ ਕਰੀ ਪਏ ਕਿ ਨਹੀਂ ਵੀ ਸਾਡੇ ਲਈ ਤੇ ਭਗਤ ਵੀ ਗੁਰੂ, ਗੁਰੂ ਦੀ ਉਪਾਧੀ ਹੈ ਤੇ ਗੁਰੂ ਸਾਹਿਬ ਵੀ ਭਗਤ, ਗੁਰੂ ਗੁਰੂ ਤੇ ਭਗਤ ਸਾਡੇ ਲਈ ਇੱਕੋ ਨੇ, ਮੇਰੇ ਲਈ ਇੱਕੋ ਨੇ ਵੀ। ਕਿਉਂ? ਕਿਉਂਕਿ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ, ਭਗਤ ਕਬੀਰ ਜੀ ਦੀ ਬਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਰਾਮ ਤੇ ਕਬੀਰ ਇੱਕੋ 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 ਪਰਮਾਤਮਾ ਜੀ ਕਹਿੰਦੇ ਪਰਮੇਸ਼ਰ ਜਾਂ ਭੇਦ ਹੋ ਗਏ ਨਾ, ਉਹ ਤਾਂ ਹੀ ਗੁਰੂ ਗੁਰੂ ਦੀ ਗੁਰੂ ਗੁਰਬਾਣੀ ਦੇ ਵਿੱਚ। ਇਸ ਕਰਕੇ ਇਹ ਜਿਹੜੀ ਜਿਹੜੀ ਇਹ ਪੋਲਿਟਿਕਸ ਖੇਡਦੇ ਆ, ਇਹ ਭਗਤਾਂ ਦੇ ਬਰਾਬਰ ਹੋਣ ਪਹਿਲਾਂ। ਜੀ 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 ਜੀ, ਇਹ ਇਹਨਾਂ ਨੂੰ ਭਗਤਾਂ, ਭਗਤ ਰਵਿਦਾਸ ਜੀ ਦੀ ਗੱਲ ਮੰਨੋ ਤੇ ਤੁਸੀਂ, ਤੁਹਾਨੂੰ ਮਹਿਸੂਸ ਹੀ ਨਹੀਂ ਹੋਏਗਾ ਵੀ ਭਗਤ ਹੈ, ਗੁਰੂ ਹੈ, ਕੀ ਇਹ ਪੋਲਿਟਿਕਸ ਹੈ, ਗਲਤ ਗੱਲ। ਜੀ ਪਰ ਹਾਂ, ਜੋ ਗੁਰਬਾਣੀ ਦੇ ਵਿੱਚ ਲਿਖਿਆ ਉਹਨੂੰ ਕਿਵੇਂ ਉਲਟ ਕਰੋਗੇ ਤੁਸੀਂ? ਸੱਤੇ ਭਗਤੀ ਇੱਕ ਮੂਵਮੈਂਟ ਚੱਲੀ, ਪੂਰੀ ਪੂਰੀ ਭਾਰਤ ਵਿੱਚ ਭਗਤੀ ਮੂਵਮੈਂਟ ਚੱਲੀ ਪੂਰੀ ਇੱਕ ਬੁੱਧ ਵਿੱਚ। ਇਸ ਭਗਤ ਜਿਹੜੇ ਨੇ ਬੜੀ ਵੱਡੀ ਉਪਾਧੀ, ਪਰਮੇਸ਼ਰ ਦਾ ਅੰਸ਼ ਨੇ ਜੀ, ਹੈ ਨਾ? ਐਵੇਂ ਅਵਤਾਰ, ਹੁਣ ਫਾਰ ਐਗਜ਼ਾਮਪਲ ਅਵਤਾਰ ਨੇ, ਸਾਰੇ ਭਗਤੀ ਅਵਤਾਰ ਨੇ, ਕੋਈ ਨਿੱਤ ਅਵਤਾਰ ਹੈ, ਕੋਈ 16 ਕਲਾ ਅਵਤਾਰ ਹੈ, ਕੋਈ 14 ਕਲਾ ਅਵਤਾਰ ਹੈ, ਕੋਈ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਰੇ ਸਰਵ ਕਲਾ, ਹੈ ਨਾ? ਜੀ ਜੀ ਜੀ, ਅਵਤਾਰ ਹੁੰਦਾ। ਐਵੇਂ ਕੋਈ ਵਿਸ਼ਨੂੰ ਜੀ ਦਾ ਅਵਤਾਰ ਹੈ, ਕੋਈ ਸ਼ਿਵ ਜੀ ਦਾ ਅਵਤਾਰ ਹੈ, ਕੋਈ ਬ੍ਰਹਮਾ ਦੇ ਅਵਤਾਰ ਨੇ, ਠੀਕ ਹੈ ਨਾ? ਇਸ ਕਰਕੇ ਉਹ ਜਿਹੜੇ ਸੰਸਾਰ ਦੇ ਵਿੱਚ ਵਿਚਰਦੇ ਨੇ ਉਹ ਮਾਇਆ ਰੂਪ ਦੇ ਵਿੱਚ ਵਿਚਰਦੇ ਨੇ, ਪਰ ਜਦੋਂ ਬ੍ਰਹਮ ਦੇ ਵਿੱਚ ਭੇਦ ਹੋ ਜਾਂਦੇ ਨੇ ਫਿਰ ਉਹ ਬ੍ਰਹਮ ਹੋ ਜਾਂਦੇ ਨੇ। ਸਾਤੇ ਐਵੇਂ ਅਸ਼ਟਵਕਰ ਜੀ ਦੀ ਗੀਤਾ ਇੱਕ ਅਸ਼ਟਵਕਰ ਜੀ ਨੇ ਲਿਖੀ ਹੈ, ਰਿਸ਼ੀ ਅਸ਼ਟਵਕਰ, ਉਹ ਆਉਂਦੇ ਆ ਸਭਾ ਦੇ ਵਿੱਚ ਜੀ, ਉਹਨਾਂ ਦੇ ਪਿਤਾ ਜੀ ਨੂੰ ਜਲ ਸਮਾਧੀ ਲੈਣੀ ਪੈ ਜਾਂਦੀ ਹੈ, ਸਭਾ ਚ ਆਉਂਦੇ ਤੇ ਉਹਨਾਂ ਨੂੰ ਅੱਠ ਵਲ ਪੈਂਦੇ ਉਹਨਾਂ ਦੇ ਸਰੀਰ ਤੇ, ਅਸ਼ਟਵਕਰ ਜੀ ਨੂੰ, ਉਹਨੂੰ ਵੇਖ ਕੇ ਹੱਸਣ ਲੱਗ ਜਾਂਦੇ ਅਸ਼ਟਵਕਰ ਜੀ ਨੂੰ, ਜਿਹੜੇ ਵੱਡੇ ਵੱਡੇ ਵਿਦਵਾਨ ਨੇ। ਅਸ਼ਟਵਕਰ ਜੀ ਰਾਜ ਜਨਕ ਜੀ ਨੂੰ ਕਹਿੰਦੇ ਨੇ, ਉਹ ਅਸ਼ਟਵਕਰ ਜੀ ਆਪ ਹੱਸਣ ਲੱਗ ਜਾਂਦੇ ਨੇ, ਜਨਕ ਜੀ ਕਹਿੰਦੇ ਨੇ ਵੀ ਅਸ਼ਟਵਕਰ ਜੀ ਲੋਕ ਤੇ ਤੁਸੀਂ ਕਿਉਂ ਹੱਸੇ ਹੋ? ਕਹਿੰਦਾ ਮੈਂ ਤੇ ਇਹਨਾਂ ਨੂੰ ਵੇਖ ਕੇ ਹੱਸਿਆ ਵਾ, ਮੈਂ ਸੋਚਿਆ ਸੀ ਵਿਦਵਾਨਾਂ ਦੀ ਸਭਾ ਹੈ, ਇਹਦੇ ਚਮਾਰਾਂ ਦੀ ਸਭਾ ਹੈ, ਜਿਹੜੇ ਮੇਰੇ ਚੰਮ ਨੂੰ ਵੇਖ ਕੇ ਹੱਸੇ ਨੇ, ਸਰੀਰ ਦੇ ਚੰਮ ਨੂੰ, ਠੀਕ ਹੈ? ਇਸ ਕਰਕੇ ਇਹ ਗੱਲਾਂ ਕੋਈ ਮਾਣੀ ਨਹੀਂ ਰੱਖਦੀਆਂ ਵੀ ਕੀ ਹੈ ਜਾਤ ਖਾਲਸੇ ਵਾਸਤੇ, ਇਸ ਗੱਲ ਦੀ ਕੋਈ ਮਾਣਾ ਨਹੀਂ ਹੈਗਾ ਵੀ ਤੁਹਾਡੀ ਸਾਡੇ ਨਾਲ, ਸਾਡੇ ਪਤਾ ਅਸੀਂ ਕਦੀ ਨਾਲ ਦੇ ਉਹਨੂੰ ਪੁੱਛਿਆ ਹੀ ਕੋਈ ਨੀ ਵੀ ਤੂੰ ਕੌਣ ਹੈ ਕੌਣ ਨਹੀਂ, ਨਾ? ਇਹ ਜਿਹੜੀ ਪੋਲਿਟਿਕਸ, ਇਹ ਗਲਤ ਪੋਲਿਟਿਕਸ ਹੈ ਵੀ ਜਾਤ ਅਭਿਮਾਨੀ ਪੋਲਿਟਿਕਸ, ਜੋ ਵੀ ਕਰੇ, ਕੋਈ ਜੱਟ ਕਰੇ, ਕੋਈ ਦੂਜਾ ਕਰੇ, ਕੋਈ ਤੀਜਾ ਕਰੇ, ਸਾਰਿਆਂ ਵਾਸਤੇ ਇਹ ਜਿਹੜੀ ਇਹ ਪੋਲਿਟਿਕਸ ਕੰਪਲੀਟਲੀ ਰੋਂਗ ਪੋਲਿਟਿਕਸ ਹੈ। ਇਸ ਕਰਕੇ ਅਸੀਂ ਅਸੀਂ ਇੱਕ ਉਸ ਅਕਾਲ ਪੁਰਖ ਪਰਮੇਸ਼ਰ ਦੀ ਅੰਸ਼ ਹਾਂ, ਉਹ ਅਸੀਂ ਅੰਸ਼ ਹੋਣ ਕਰਕੇ ਅਸੀਂ ਸਾਰੇ ਉਹਦਾ ਰੂਪ ਹਾਂ। ਇਹ ਭਗਤਾਂ ਤੇ ਗੁਰੂਆਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ, ਪਰ ਜੋ ਇਹ ਕੰਮ ਕਰਦੇ ਇਹ ਕੰਪਲੀਟਲੀ ਰੋਂਗ ਕੰਮ। ਠੀਕ ਹੈ ਬਾਬਾ ਜੀ, ਸਹੀ ਗੱਲ ਹੈ, ਬਸ ਕੋਈ ਭੁੱਲ ਚੁੱਕ ਖਿਮਾ, ਕਈ ਵਾਰ ਮੇਰੇ ਕੋਲ ਵੱਧ ਘੱਟ ਬੋਲਿਆ ਜਾਂਦਾ ਹੈ ਜੀ, ਚੜ੍ਹਦੀ ਕਲਾ ਬਹੁਤ ਵਧੀਆ ਹੋ ਗਿਆ ਜੀ, ਆ ਕੱਟਣਾ ਕਿਵੇਂ?
ਹਾਂਜੀ ਇੱਥੋਂ ਮੈਂ ਘੱਟ ਦਿੰਦਾ ਉੱਥੋਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ ਅਕਾਲ, ਗੁਰਬਰ ਅਕਾਲ।